ਫੁੱਟਬਾਲ ਸੀਣ ਵਾਲੀ ਮਾਂ ਦੇ ਹੱਥਾਂ ਦੀਆਂ ਖਾਦੀਆਂ ਰੋਟੀਆਂ ਤੇ ਕੱਪੜੇ ਸੀਣ ਵਾਲੇ ਦਰਜੀ ਪਿਤਾ ਦੀ ਕੀਤੀ ਮਿਹਨਤ ਨੇ ਅਜੀਹਾ ਗੁਰਮਖਿਆ ਅਜੀਹੀ ਹਿੰਮਤ ਤੇ ਤਾਕਤ ਬਖਸ਼ੀ ਕਿ ਆ ਜੋਤੀ ਕੱਲਾ ਪੰਜਾਬ ਦਾ ਨਹੀਂ ਬਲਕਿ ਪੂਰੇ ਇੰਡੀਆ ਦਾ ਮਾਣ ਹੈ। ਜਰਵਾਤ ਕਿਵੇਂ ਹੋਈ ਖੇਡਾਂ ਦੀ ਘਰ ਦੇ ਵਿੱਚ ਰੋਟੀ ਨਹੀਂ ਮਾਂ ਫੁੱਟਬਾਲ ਸੀਣ ਦੇ ਬਾਪ ਦਰਜੀ ਬੱਦ-ਬੱਦ ਕੋਈ 5-7 ਲੱਖ ਰੁਪਿਆ ਬਣਦਾ ਹੋਊਗਾ। ਟਾਈਮ ਤੇ ਬੜਾ ਔਖਾ ਸੀਗਾ ਇੱਕ ਫੁੱਟਬਾਲ ਦੇ ਪਿਛੇ ਆਈ ਥਿੰਕ 10 ਰੁਪਏ ਮਿਲਦੇ ਸੀਗੇ ਤੇ ਮੇਰੀ ਮੰਮੀ ਜਿਹੜੇ ਸੀਗੇ ਉਹ 100 100 ਫੁੱਟਬਾਲ ਜਿਹੜੇ ਆ ਉਹ ਲਿਆਉਂਦੇ ਹੁੰਦੇ ਸੀਗੇ ਸਾਰਾ ਦਿਨ ਸਾਰੀ ਰਾਤ ਮਿਹਨਤ ਕਰਦੇ ਹੁੰਦੇ ਸੀਗੇ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਮੰਮੀ ਨੂੰ ਬੀਪੀ ਦੀ ਪ੍ਰੋਬਲਮ ਹੁੰਦੀ ਸੀ ਤੇ ਮੰਮੀ ਨੇ ਸਿਰ ਬਨ ਕੇ ਫੁੱਟਬਾਲ ਸੀਣੇ ਸਿਰਫ ਇਹ ਚੀਜ਼ ਦੇ ਲਈ ਕਿ ਮੇਰੇ ਬੱਚੇ ਜਿਹੜੇ ਆ ਉਹ ਲਾਈਫ ਦੇ ਵਿੱਚ ਕੁਝ ਕਰ ਸਕਣ ਮੈਨੂੰ ਅੱਜ ਵੀ ਯਾਦ ਆ ਮੇਰੀ ਮੰਮੀ ਨੇ ਮੇਰੇ ਜਿਹੜੇ ਭਰਾ ਆ ਨਾ ਉਹਨਾਂ ਨੂੰ ਨਹੀਂ ਪੜਾ ਸਕੀ ਕਿ ਮੈਨੂੰ ਪੜਾਣਾ ਕਿਉਂਕਿ ਪੈਸੇ ਨਹੀਂ ਹੁੰਦੇ ਸੀਗੇ ਤੇ ਭਰਾਵਾਂ ਦੀਆਂ ਫੀਸਾਂ ਨਹੀਂ ਦੇਈ ਹੋਈਆਂ ਮੇਰੇ ਲਈ ਫੁੱਟਬਾਲ ਸੀਕੇ ਮੇਰੇ ਲਈ ਉਹਨਾਂ ਨੇ ਮਿਹਨਤ ਕੀਤੀ ਕਿ ਮੈਂ ਆਪਣੀ ਕੁੜੀ ਨੂੰ ਜ਼ਰੂਰ ਪੜਾਣਾ ਆ ਮੁੰਡੇ ਨਾ ਵੀ ਪੜਾ ਹੋਏ ਤਾਂ ਕੋਈ ਗੱਲ ਨਹੀਂ ਕੁੜੀ ਜ਼ਰੂਰ ਪੜਾਣੀ ਆ ਮੈਂ 10ਵੀਂ ਕੀਤੀ ਆ ਉਸ ਤੋਂ ਬਾਅਦ ਮੈਂ ਪਲੱਸ 1 ਕਰਨੀ ਸੀ ਮੈਂ ਆਪਣੀ ਮੰਮੀ ਨੂੰ ਕਿਹਾ ਵਾ ਕਿ ਮੰਮੀ ਮੈਂ ਕਾਲਜ ਜਾਣਾ ਚਾਹੁੰਦੀ ਆ ਤੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀਗੇ 2000 ਰੁਪਇਆ ਚਾਹੀਦਾ ਸੀਗਾ ਤੇ ਮੇਰੀ ਮੰਮੀ ਮੈਨੂੰ ਅੱਜ ਵੀ ਯਾਦ ਆ ਇੱਕ ਸਾਡੇ ਗੁਆਂਢ 'ਚ ਸੀਗੇ ਇੱਕ ਭਾਜੀ ਤੇ ਭਾਬੀ ਜੀ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੂੰ ਕਹਿੰਦੇ ਮੈਂ ਨਾਲ ਸੀ ਮੈਨੂੰ ਬੜਾ ਫੀਲ ਹੋਇਆ ਲਈ ਮੇਰੀ ਮੰਮੀ ਨੇ ਵੀ ਕਿਹਾ ਉਹਨਾਂ ਨੂੰ ਕਿ 2000 ਰੁਪਏ ਸਾਨੂੰ ਚਾਹੀਦਾ ਆ ਕਿ ਮੇਰੀ ਬੇਟੀ ਜਿਹੜੀ ਉਹ ਪੜ੍ਹਨਾ ਚਾਹੁੰਦੀ ਆ ਮੈਂ ਫੁੱਟਬਾਲ ਸਿਖੇ ਮੈਂ ਤੁਹਾਡੇ ਪੈਸੇ ਦੇ ਦਿੰਦੀ ਤੇ ਮੈਨੂੰ ਬੜਾ ਫੀਲ ਹੋਇਆ ਉਸ ਦਿਨ ਕਿ ਅੱਜ ਪੈਸੇ ਮੰਗੇ ਆ ਅੱਜ ਤੋਂ ਬਾਅਦ ਜ਼ਿੰਦਗੀ 'ਚ ਕਦੀ ਪੈਸਾ ਨਹੀਂ ਮੰਗਣ ਦੇਣਾ ਮਾਂ ਨੂੰ ਤੇ ਉਹ 2000 ਦਾ ਮੈਂ ਕਿੰਨੇ ਮਤਲਬ ਉਹ ਜਿਹੜਾ एहसान ਆ ਉਹ ਮੈਂ ਕਦੀ ਨਹੀਂ ਬੋਲ ਸਕਦੀ ਨਾ ਮਾਂ ਦਾ ਤੇ ਨਾ ਉਹਨਾਂ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਉਹ 2000 ਰੁਪਏ ਇਹ ਕਿਡਾ ਤੇ ਵਾਸਤੇ ਤਾਂ ਖੁਰਾਕ ਬਹੁਤ ਚਾਹੀਦੀ ਹੁੰਦੀ ਏ ਘਰ ਦੇ ਵਿੱਚ ਗਰੀਬੀ ਹੋਵੇ ਫਿਰ ਇੰਟਰਨੈਸ਼ਨਲ ਲੈਵਲ ਤੱਕ ਪਲੇਅਰ ਬਣਨਾ ਮੈਂ ਸ਼ੁਰੂਆਤ ਕੀਤੀ ਜਦੋਂ ਆਪਣੇ ਘਰੋਂ ਤੇ ਘਰ ਦੇ ਵਿੱਚ ਰੋਟੀ ਵੀ ਨਹੀਂ ਸੀ ਖਾਣ ਨੂੰ ਬਿਲਕੁਲ ਸਹੀ ਗੱਲ ਆ ਤੁਹਾਡੀ ਤੇ ਦਿਨ ਦੇ ਵਿੱਚ ਇੱਕ ਅੱਧੀ ਵਾਰ ਰੋਟੀ ਮਿਲਦੀ ਹੁੰਦੀ ਸੀ ਉਹ ਵੀ ਸੁੱਕੀ ਤੇ ਉਹ ਵੀ ਪਾਣੀ ਦੇ ਨਾਲ ਪਰ ਸ਼ੌਂਕ ਜਿਹੜਾ ਸੀਗਾ ਉਹ ਇਹ ਸੀਗਾ ਕੀ ਭਾਰਤ ਦਾ ਨਾਮ ਜਿਹੜਾ ਉਹ ਰੋਸ਼ਨ ਕਰਨਾ ਸ਼ੁਰੂਆਤ weight lifting ਨਹੀਂ ਸੀ ਮੈਨੂੰ ਲਾਈਫ ਦੇ ਵਿੱਚ ਇਹ ਨਹੀਂ ਪਤਾ ਸੀ ਕਰਨਾ ਕੀ ਆ ਬਸ ਇੰਨਾ ਪਤਾ ਸੀ ਕੁਝ ਕਰਨਾ ਆ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਆ ਪਰ ਕੀ ਬਣਨਾ ਆ ਇਹ ਨਹੀਂ ਪਤਾ ਹੁੰਦਾ ਸੀਗਾ ਸਾਢੇ 3 ਵਜੇ ਉੱਠ ਕੇ ਸਾਢੇ 3 ਵਜੇ ਉੱਠ ਕੇ ਪਿੰਡ ਦੀ ਆਲੇ ਦੁਆਲੇ ਸਾਡੇ ਪਿੰਡ ਜੈਤੇਵਾਲੀ ਆ ਉਹਦੇ ਆਲੇ ਦੁਆਲੇ ਪਤਾਰੀ ਤੋਂ ਲੈ ਕੇ ਬਲੀਨੀ ਤੋਂ ਲੈ ਕੇ ਸਾਰੇ ਆਲੇ ਦੁਆਲੇ ਨਾਲ ਸਵੇਰੇ ਉੱਠ ਕੇ ਦੌੜੀ ਲਾਈ ਜਾਣੀ ਮੈਨੂੰ ਲੱਗਦਾ ਹੁੰਦਾ ਸੀ ਦੌੜ ਲਾਉਣਾ ਸ਼ਾਇਦ ਮੈਂ ਕੁਝ ਬਣ ਜਾਣਾ ਪਹਿਲਾ ਮੈਡਲ ਜਿੱਦਣੇ ਜਿੱਤਿਆ ਸੀਗਾ ਫਿਰ ਉਸ ਦਿਨ ਘਰ ਦਾ ਮਾਹੌਲ ਕੀ ਸੀ ਉਸ ਦਿਨ ਘਰ ਦਿਨ ਬਦਲੇ ਸੀ ਛੱਤ ਪੱਕੀ ਹੋਈ ਸੀ ਕਦੇ ਚਾਂਦੀ ਛੱਤ 2009 ਦੇ ਵਿੱਚ ਸਤੰਬਰ ਦੇ ਵਿੱਚ ਜਦੋਂ ਮੈਂ ਭਰਤੀ ਨਹੀਂ ਹੋਈ ਸੀ ਉਦੋਂ ਮੇਰਾ ਜੂਨੀਅਰ ਨੈਸ਼ਨਲ ਦੇ ਵਿੱਚੋਂ ਪਹਿਲਾ ਮੈਡਲ ਆਇਆ ਸੀ ਸਿਲਵਰ ਤੇ ਉਸ ਤੋਂ ਬਾਅਦ ਫਿਰ ਜਦੋਂ ਦਿਨ ਚੰਗੇ ਆਂਦੇ ਗਏ ਫਿਰ ਭਰਾਵਾਂ ਨੇ ਵੀ ਜਦੋਂ ਕੰਮ ਕੀਤਾ ਤੇ ਮੈਨੂੰ ਵੀ ਜੌਬ ਜਦੋਂ ਮਿਲ ਗਈ 2009 ਦੇ ਵਿੱਚ ਉਸ ਤੋਂ ਬਾਅਦ ਫਿਰ 2016 ਦੇ ਵਿੱਚ ਅਸੀਂ ਇਕੱਠਿਆਂ ਨੇ ਭੈਣ ਭਰਾਵਾਂ ਨੇ ਰਲ ਕੇ ਇੱਕ ਘਰ ਬਣਾਇਆ ਪਿੰਡ ਦੇ ਵਿੱਚ ਹਾਂਜੀ ਉਦੋਂ ਸਾਡੀ ਜਿਹੜੀ ਛੱਤ ਆ ਪੱਕੀ ਹੋਈ ਜਦੋਂ ਮੇਰੇ ਨਾਲ ਵੱਡੇ ਭਰਾ ਦਾ ਵਿਆਹ ਸੀਗਾ ਮੈਨੂੰ ਅੱਜ ਵੀ ਯਾਦ ਹੈ ਤੇ ਮੈਂ ਮੈਨੂੰ ਜੋਬ ਨਹੀਂ ਮਿਲੀ ਸੀ ਉਸ ਟਾਈਮ ਤੇ ਮੇਰੀ ਮੰਮੀ ਜਿਹੜੇ ਸੀਗੇ ਜਦੋਂ ਵਿਆਹ ਤੇ ਜਾਣਾ ਸੀ ਉਹ ਜਿੱਦਾਂ ਹੁੰਦਾ ਨਾ ਪਿੰਡਾਂ ਦੇ ਵਿੱਚ ਵੀ ਸੋਨਾ ਪਾਣਾ ਤੇ ਮੇਰੀ ਮੰਮੀ ਨੇ 10 ਰੁਪਏ ਦੀਆਂ ਜਿਹੜੀਆਂ ਵਾਲੀਆਂ ਸੀਗੀਆਂ ਨਾ ਉਹ ਮਤਲਬ ਐਮਸੋ ਤੇ ਮੈਨੂੰ ਅੱਜ ਵੀ ਯਾਦ ਆ ਜਦੋਂ 2009 ਦੇ ਵਿੱਚ ਮੈਨੂੰ ਜੋਬ ਮਿਲੀ ਤੇ ਮੇਰੀ ਪਹਿਲੀ ਤਨਖਾਹ ਚੋਂ ਮੈਂ ਆਪਣੀ ਮੰਮੀ ਨੂੰ ਵਾਲੀਆਂ ਬਣਾ ਕੇ ਦਿੱਤੀ ਅਸੀਂ ਸੋਲੇ ਦੀਆਂ ਸਸਤੀ ਕਲ ਹਮਦਰਦ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਸਤਿੰਦਰ ਸਰਤਾਜ ਹੋਣਾ ਦਾ ਇੱਕ ਗੀਤ ਬਹੁਤ ਮਕਬੂਲ ਹੋਇਆ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਤੇ ਕਿਸੇ ਦੀ ਕੱਲ ਬਣਦੀ ਏ ਇਬਾਦਤ ਚਾਹੇ ਰੱਬ ਦੀ ਕਰ ਲੋ ਚਾਹੇ ਫਿਰ ਆਪਣੇ ਕੰਮ ਦੀ ਕਰ ਲੋ ਤੇ ਚਾਹੇ ਫਿਰ ਕਿਸੇ ਖੇਡ ਦੀ ਕਰ ਲੋ ਫਾਲ ਇੱਕ ਦਿਨ ਜ਼ਰੂਰ ਮਿਲਦਾ ਅੱਜ ਤੁਹਾਨੂੰ ਜਿਸ ਪੰਜਾਬ ਦੀ ਦਲੇਰਤੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਸ ਦੀ ਕਹਾਣੀ ਤੋਂ ਬਾਅਦ ਨਾ ਸਿਰਫ ਤੁਹਾਡੀ ਸੋਚ ਬਦਲੇਗੀ ਬਲਕਿ ਤੁਹਾਨੂੰ ਇਹ ਵੀ ਸਿੱਖਣ ਨੂੰ ਮਿਲੇਗਾ ਕਿ ਕਦੇ ਫੁੱਟਵਾਲ ਸੀਣ ਵਾਲੀ ਮਾਂ ਦੇ ਹੱਥਾਂ ਦੀਆਂ ਖਾਦੀਆਂ ਰੋਟੀਆਂ ਤੇ ਕੱਪੜੇ ਸੀਣ ਵਾਲੇ ਦਰਜੀ ਪਿਤਾ ਦੀ ਕੀਤੀ ਮਿਹਨਤ ਨੇ ਅਜੀਹਾ ਗੁਰਬਖਸ਼ਿਆ ਅਜੀਹੀ ਹਿੰਮਤ ਤੇ ਤਾਕਤ ਬਖਸ਼ੀ ਕਿ ਆ ਜੋਤੀ ਕੱਲਾ ਪੰਜਾਬ ਦਾ ਨਹੀਂ ਬਲਕਿ ਪੂਰੇ ਇੰਡੀਆ ਦਾ ਮਾਣ ਹੈ ਇੰਟਰਨੈਸ਼ਨਲ weightlifter ਔਰ Commonwealth ਵਿੱਚ ਵਧੀਆ ਪਰਫਾਰਮੈਂਸ ਦੇਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਮੈਡਮ ਮੀਨਾ ਪਵਾਰ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਜਿਵੇਂ ਤਾਂ ਪੰਜਾਬ ਪੁਲਿਸ ਨਾਲ ਗੱਲਬਾਤ ਕਰਨੀ ਕਹਿੰਦੇ ਥੋੜੀ ਔਖੀ ਹੁੰਦੀ ਆ ਤਬਕਾ ਥੋੜਾ ਇਹਨਾਂ ਦਾ ਕਰਨ ਹੁੰਦਾ ਪਰ ਮੈਡਮ ਉਹਨਾਂ ਦਾ ਸੁਭਾਅ ਬਹੁਤ ਠੰਡਾ ਹੈ ਗੱਲਬਾਤ ਕਰਦੇ ਆਂ ਸਾਰੀ ਜ਼ਿੰਦਗੀ ਦੇ ਬਾਰੇ ਔਰ ਖੇਡਾਂ ਦੇ ਬਾਰੇ ਮੈਮ ਬਹੁਤ ਬਹੁਤ ਸੋਅਰ ਥੈਂਕ ਯੂ ਜੀ ਥੈਂਕ ਯੂ ਸੁਖਵਿੰਦਰ ਜੀ ਜਿਵੇਂ ਮੈਂ ਕਿਹਾ ਕਿ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਕਿਸੇ ਦੀ ਕੱਲ ਬਣਦੀ ਹੈ ਕਹਿੰਦੇ ਇਬਾਦਤ ਜਦੋਂ ਸ਼ੁਰੂਆਤ ਕੀਤੀ ਤੇ ਘਰ ਦੇ ਵਿੱਚ ਰੋਟੀ ਵੀ ਨਹੀਂ ਸੀ ਖਾਣ ਬਿਲਕ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਫੀਲਡ ਦੇ ਵਿੱਚ ਅਸੀਂ ਮਿਹਨਤ ਕਰੀਏ ਉਸ ਇਬਾਦਤ ਦਾ ਜਿਹੜਾ ਫਲ ਆ ਉਹ ਇੱਕ ਦਿਨ ਜ਼ਰੂਰ ਮਿਲਦਾ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਖੇਡਾਂ ਦੀ ਘਰ ਦੇ ਵਿੱਚ ਰੋਟੀ ਨਹੀਂ ਮਾਂ ਫੁੱਟਬਾਲ ਸੀਨ ਦੇ ਬਾਪ ਦਰਜੀ ਪੱਤ ਬੱਤ ਕੋਈ 5-7 ਹਜ਼ਾਰ ਰੁਪਿਆ ਬਣਦਾ ਹੋਊਗਾ ਹਾਂਜੀ 5-5 10-10 ਦਿਨਾਂ ਬਾਅਦ ਸ਼ੁਰੂਆਤ ਫਿਰ ਖੇਡ ਐਨੀ ਮਹਿੰਗੀ ਖੇਡ ਵਾਲੇ ਪਾਸੇ ਨੂੰ ਜਾਣਾ ਇਹ ਇਹ ਤਾਂ ਤੁਸੀਂ ਬਹੁਤ ਕਹਿ ਦਿੱਤਾ ਵੀ 500 ਹਜ਼ਾਰ ਬਣਦਾ ਸੀਗਾ ਇਹ ਨਹੀਂ ਉਸ ਟਾਈਮ ਤੇ ਬੜਾ ਔਖਾ ਸੀਗਾ ਇੱਕ ਫੁੱਟਬਾਲ ਦੇ ਪਿੱਛੇ ਆਈ ਥਿੰਕ 10 ਰੁਪਏ ਮਿਲਦੇ ਸੀਗੇ ਤੇ ਮੇਰੀ ਮੰਮੀ ਜਿਹੜੇ ਸੀਗੇ ਉਹ 100 100 ਫੁੱਟਬਾਲ ਜਿਹੜੇ ਆ ਉਹ ਲਿਆਉਂਦੇ ਹੁੰਦੇ ਸੀਗੇ ਸਾਰਾ ਦਿਨ ਸਾਰੀ ਰਾਤ ਮਿਹਨਤ ਕਰਦੇ ਹੁੰਦੇ ਸੀਗੇ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਮੰਮੀ ਨੂੰ ਬੀਪੀ ਦੀ ਪ੍ਰੋਬਲਮ ਹੁੰਦੀ ਸੀ ਤੇ ਮੰਮੀ ਨੇ ਸੇਰ ਬਣ ਕੇ ਫੁੱਟਬਾਲ ਸੀਣੇ ਸਿਰਫ ਇਹ ਚੀਜ਼ ਦੇ ਲਈ ਕਿ ਮੇਰੇ ਬੱਚੇ ਜਿਹੜੇ ਆ ਉਹ ਲਾਈਫ ਦੇ ਵਿੱਚ ਕੁਝ ਕਰ ਸਕਣ ਤੇ ਮੈਂ ਉਹ ਦਿਨ ਕਦੀ ਨਹੀਂ ਭੁੱਲ ਸਕਦੀ ਜੋ ਮੇਰੀ ਮਾਂ ਨੇ ਜੋ ਮੇਰੇ ਪਿਤਾ ਨੇ ਮੇਰੇ ਲਈ ਮਿਹਨਤ ਕੀਤੀ ਆ ਤੇ ਕਿਤੇ ਨਾ ਕਿਤੇ ਅੱਜ ਉਹਨਾਂ ਦੀ ਬਦੌਲਤ ਮੈਂ ਕਿਤੇ ਨਾ ਕਿਤੇ ਨਹੀਂ ਉਹਨਾਂ ਦੀ ਬਦੌਲਤ ਹੀ ਅੱਜ ਮੈਂ ਇਸ ਮੁਕਾਮ ਤੇ ਆ ਉਹਨਾਂ ਦੀ ਮਿਹਨਤ ਨਾਲ ਖੇਡਾਂ ਦੇ ਵਾਸਤੇ ਤਾਂ ਖੁਰਾਕ ਬਹੁਤ ਚਾਹੀਦੀ ਹੁੰਦੀ ਹੈ ਘਰ ਦੇ ਵਿੱਚ ਗਰੀਬੀ ਹੋਵੇ ਫਿਰ ਇੰਟਰਨੈਸ਼ਨਲ ਲੈਵਲ ਤੱਕ ਪਲੇਅਰ ਬਣਨਾ ਮਿਹਨਤ ਤਾਂ ਬੋਲਦੀ ਹੈ ਸੰਘਰਸ਼ ਵੀ ਬੋਲਦਾ ਹੈ ਫਿਰ ਖੇਡਾਂ ਦੇ ਵਾਲੇ ਪਾਸੇ ਆਏ ਕਿਵੇਂ ਮਨ ਕਿਵੇਂ ਬਣਿਆ ਕਿ ਹਾਂ ਗੇਮ ਕਰ ਲਈ ਹਾਂਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਕਿ ਖੇਡਾਂ ਲਈ ਖੁਰਾਕ ਵੀ ਚਾਹੀਦੀ ਆ ਪਰ ਮੇਰੇ ਹਿਸਾਬ ਨਾਲ ਖੁਰਾਕ ਨਾਲੋਂ ਜ਼ਿਆਦਾ ਜਿਹੜਾ ਆ ਉਹ ਤੁਹਾਡਾ ਜਜ਼ਬਾ ਜੀ ਅਸੀਂ ਲਾਈਫ ਦੇ ਵਿੱਚ ਕੁਝ ਬਣਨ ਦਾ ਤੱਕ ਲਿਆ ਕਿ ਅਸੀਂ ਲਾਈਫ ਦੇ ਵਿੱਚ ਕੁਝ ਬਣਨਾ ਆ ਕੁਝ ਕਰਨਾ ਆ ਤੇ ਫਿਰ ਚਾਹੀ ਕਿੰਨੀਆਂ ਵੀ ਔਕੜਾਂ ਆ ਜਾਣ ਉਹ ਤੁਸੀਂ ਸਾਰ ਕਰ ਜਾਣੀਆਂ ਆ ਇਸੇ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਜਦੋਂ ਆਪਣੇ ਘਰੋਂ ਤੇ ਘਰ ਦੇ ਵਿੱਚ ਰੋਟੀ ਵੀ ਨਹੀਂ ਸੀ ਖਾਣ ਨੂੰ ਬਿਲਕੁਲ ਸਹੀ ਗੱਲ ਆ ਤੁਹਾਡੀ ਤੇ ਦਿਨ ਦੇ ਵਿੱਚ ਇੱਕ ਅੱਧੀ ਵਾਰ ਰੋਟੀ ਮਿਲਦੀ ਹੁੰਦੀ ਸੀ ਉਹ ਵੀ ਸੁੱਕੀ ਤੇ ਉਹ ਵੀ ਪਾਣੀ ਦੇ ਨਾਲ ਪਰ ਸ਼ੌਂਕ ਜਿਹੜਾ ਸੀਗਾ ਉਹ ਇਹ ਸੀਗਾ ਕਿ ਭਾਰਤ ਦਾ ਨਾਮ ਜਿਹੜਾ ਉਹ ਰੋਸ਼ਨ ਕਰਨਾ ਕਿ ਦਿਨਾਂ ਕਿਤੇ ਇੱਕ ਦਿਨ ਜਿਹੜਾ ਇੰਡੀਆ ਦਾ ਨਾਮ ਆ ਨਾ ਉਹ ਰੋਸ਼ਨ ਕਰਨਾ ਆ ਵੀ ਵਰਲਡ ਲੈਵਲ ਤੇ ਖੇਡਣਾ ਆ ਇਹ ਸ਼ੁਰੂਆਤ ਹੋਈ ਮੇਰੇ ਮਾਮਾ ਜੀ ਹਰਮੇਸ਼ ਲਾਲ ਜੀ ਉਹ ਡੀਪੀ ਨੇ ਸਕੂਲ ਸਮਰਾਏ ਜੰਡੇਾਲੇ ਦੇ ਵਿੱਚ ਤੇ ਉਹ ਹਰ ਸਾਲ ਇੱਕ ਮੇਲਾ ਕਰਵਾਇਆ ਕਰਦੇ ਆ ਤੇ ਉੱਥੇ ਕੁੜੀਆਂ ਆਉਂਦੀਆਂ ਹੁੰਦੀਆਂ ਸੀ ਵੇਟ ਚੱਕਣ ਤੇ ਉਹਨਾਂ ਦੀਆਂ ਜਿਹੜੀਆਂ ਜਦੋਂ ਵੇਟ ਚੱਕਦੀਆਂ ਸੀ ਉਹਨਾਂ ਲਈ ਤਾੜੀਆਂ ਵੱਜਦੀਆਂ ਹੁੰਦੀਆਂ ਸੀ ਉਹ ਜਿਹੜੀਆਂ ਤਾੜੀਆਂ ਦੀ ਗੂੰਜ ਸੀਗੀ ਉਹ ਕਿਤੇ ਨਾ ਕਿਤੇ ਮੇਰੇ ਅੰਦਰ ਤੱਕ ਜਾਂਦੀ ਸੀ ਕਿ ਇੱਕ ਦਿਨ ਤਾੜੀਆਂ ਇਹ ਮੇਰੇ ਲਈ ਵੀ ਵੱਜਣ ਇਸ ਚੀਜ਼ ਤੋਂ ਹੀ ਮੈਂ ਉੱਠੀ ਆ ਤੇ ਬਾਕੀ ਸਾਡੇ ਮਾਮਾ ਜੀ ਦੇ ਮੈਡਲ ਤੇ ਟਰਾਫੀਆਂ ਦੇਖ ਕੇ ਮਾਮਾ ਜੀ ਨੂੰ ਦੇਖ ਕੇ ਕਿ ਉਹ ਮਿਹਨਤ ਕਰਦੇ ਹੁੰਦੇ ਸੀਗੇ ਤੇ ਇਹ ਗੇਮ ਜਿਹੜਾ ਗੇਮ ਕਰਨ ਦਾ ਜਜ਼ਬਾ ਜਿਹੜਾ ਉਹ ਮੇਰੇ ਵਿੱਚ ਪੈਦਾ ਹੋਇਆ। ਆ ਤਾਂ ਵੇਟ ਲਿਫਟਿੰਗ ਵਾਲੇ ਪਾਸੇ ਸੀਗੇ ਜਾਂ ਬਚਪਨ ਦੇ ਵਿੱਚ ਤਾਂ ਕਈ ਬੰਦਾ ਕਈ-ਕਈ ਖੇਡਾਂ ਖੇਡ ਜਾਂਦਾ। ਹਾਂਜੀ ਬਿਲਕੁਲ ਸਹੀ ਗੱਲ ਆ। ਸ਼ੁਰੂਆਤ ਵੇਟ ਲਿਫਟਿੰਗ ਨਹੀਂ ਸੀ। ਮੈਨੂੰ ਲਾਈਫ ਦੇ ਵਿੱਚ ਇਹ ਨਹੀਂ ਪਤਾ ਸੀ ਕਰਨਾ ਕੀ ਆ। ਬਸ ਇੰਨਾ ਪਤਾ ਸੀ ਕੁਝ ਕਰਨਾ ਆ ਜ਼ਿੰਦਗੀ ਦੇ ਵਿੱਚ, ਕੁਝ ਬਣਨਾ ਆ ਪਰ ਕੀ ਬਣਨਾ ਆ ਇਹ ਨਹੀਂ ਪਤਾ ਹੁੰਦਾ ਸੀਗਾ। ਮੈਂ 3:30 ਵਜੇ ਉੱਠ ਕੇ ਸਾਡੇ ਦਿਨ ਬਿਜੁਰ ਕੀ ਪਿੰਡ ਦੀ ਆਲੇ ਦੁਆਲੇ ਸਾਡੇ ਪਿੰਡ ਜੈਤੇਵਾਲੀ ਆ ਉਹਦੇ ਆਲੇ ਦੁਆਲੇ ਪਤਾਰੀ ਤੋਂ ਲੈ ਕੇ ਬਲੀਨੀ ਤੋਂ ਲੈ ਕੇ ਸਾਰੇ ਆਲੇ ਦੁਆਲੇ ਨਾ ਸਵੀਰੇ ਉੱਠ ਕੇ ਦੌੜੀ ਲਾਈ ਜਾਣੀ ਮੈਨੂੰ ਲੱਗਦਾ ਹੁੰਦਾ ਸੀ ਦੌੜ ਲਾਣ ਦਾ ਸ਼ਾਇਦ ਮੈਂ ਕੁਝ ਬਣ ਜਾਣਾ ਸ਼ਾਇਦ ਮੈਂ ਕਿਸੇ ਮੰਜ਼ਿਲ ਤੇ ਪਹੁੰਚ ਜਾਣਾ ਪਰ ਉਸ ਦੌੜ ਨੇ ਹੀ ਅੱਜ ਪਹੁੰਚਾਇਆ ਉਹ ਜਿਹੜੀ ਮਿਹਨਤ ਸੀਗੀ ਉਹ ਜਿਹੜਾ ਮੈਂ ਦੌੜ ਲਾਣੀ ਸਟਾਰਟ ਕੀਤੀ ਉਸ ਟਾਈਮ ਮੈਂ ਸਟਾਰਟਿੰਗ ਦੇ ਵਿੱਚ ਮੈਨੂੰ ਕਈ ਲੋਕ ਕਹਿੰਦੇ ਅੱਜ ਕਿ ਪਿੰਡ ਦੇ ਵਿੱਚ ਜਿਹੜੇ ਤੇਰੇ ਨਾਲ ਮੁੰਡੇ ਵੀ ਤੋੜਿਆ ਕਰਦੇ ਸੀ ਤੇ ਤੂੰ ਮੁੰਡਿਆਂ ਨੂੰ ਵੀ ਨਹੀਂ ਜਿੱਤਣ ਦਿੱਤਾ ਤੇ ਮੇਰੇ ਲਈ ਬੜੀ ਮਾਣ ਦੀ ਗੱਲ ਆ ਕਿ ਮੈਂ ਉਸ ਟਾਈਮ ਆਪਣੀ ਮਿਹਨਤ ਦੇ ਵਿੱਚ ਇੰਨੀ ਬਿਜ਼ੀ ਸੀ ਮੈਨੂੰ ਇਹ ਵੀ ਨਹੀਂ ਪਤਾ ਮੈਂ ਮੁੰਡਿਆਂ ਨੂੰ ਹਰਾਇਆ ਆ ਬੜੀ ਹਾਸੇ ਛੱਠੇ ਦੇ ਵਿੱਚ ਸ਼ੁਰੂਆਤ ਹੋਈ ਹੋਊਗੀ ਬਚਪਨੇ ਦੇ ਵਿੱਚ ਸ਼ੁਰੂਆਤ ਹੋਈਗੀ ਖੇਡਾਂ ਵਾਲੇ ਪਾਸੇ ਪਰ ਅੱਜ ਅਚੀਵਮੈਂਟਸ ਕੀ ਕੀ ਨੇ ਅੱਜ ਮੁਕਾਮ ਕਿਹੜਾ ਕਿਹੜਾ ਹਾਸਲ ਕੀਤਾ ਕਿਉਂਕਿ ਉਹ ਪਰਦੇ ਦੀਆਂ ਪਿਛਲੀਆਂ ਖੇਡਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਹੁਣ ਤੱਕ ਗੱਲਾਂ ਕੀਤੀਆਂ ਫਿਰ ਉਹ ਪਰਦੇ ਤੋਂ ਬਾਅਦ ਜੋ ਸਕਰੀਨ ਤੇ ਲੋਕਾਂ ਨੇ ਦੇਖਿਆ ਉਹ ਕਿਸ ਖੇਤਰ ਦੇ ਵਿੱਚ ਕਿਹੜੀ ਕਿਹੜੀ ਗੇਮ ਦੇ ਵਿੱਚ ਕਿੱਥੋਂ ਕਿੱਥੋਂ ਤੱਕ ਮੱਲਾ ਮਾਰਿਆ ਸ਼ੁਰੂਆਤ ਦੇ ਵਿੱਚ ਜਿਹੜੀਆਂ ਸਕੂਲ ਦੇ ਵਿੱਚ ਸਕੂਲ ਪਤਾਰਾ ਪੜ੍ਹੀਆਂ ਉੱਥੇ ਕਬੱਡੀ ਜੋ ਵੀ ਮਤਲਬ ਵੌਲੀਬਾਲ ਕ੍ਰਿਕਟ ਤੇ ਐਥਲੈਟਿਕਸ ਹੁੰਦੀ ਸੀਗੀ ਉਹ ਸਾਰੀਆਂ ਗੇਮਸ ਕਰਨੀਆਂ ਸਕੂਲ ਤੋਂ ਮੈਰਾਥਨ ਵਗੈਰਾ ਉਸ ਤੋਂ ਬਾਅਦ ਮੈਂ ਐਨਸੀਸੀ ਰੱਖੀ ਐਨਸੀਸੀ ਦੇ ਵਿੱਚ ਮੈਂ ਕ੍ਰਾਸ ਕੰਟਰੀ ਦੇ ਵਿੱਚ ਵੀ ਮੇਰਾ ਮੈਡਲ ਆ ਤੇ ਇਸ ਤੋਂ ਬਾਅਦ 2007-8 ਦੇ ਵਿੱਚ ਬੀਡੀਆਰ ਕਾਲਜ ਤੋਂ ਮੈਂ ਵੇਟ ਲਿਫਟਿੰਗ ਸਟਾਰਟ ਕੀਤੀ ਉਸ ਤੋਂ ਪਹਿਲਾਂ ਮੈਂ ਜੂਡੋ ਕਾਰਾਟੇ ਤੇ ਬੌਕਸਿੰਗ ਵੀ ਕੀਤੀ ਹੋਈ ਆ ਪਰ ਜਿਹੜੀ ਮੇਰੀ ਮੇਨ ਗੇਮ ਸੀਗੀ ਕਿਤੇ ਨਾ ਕਿਤੇ ਮਾਮਾ ਜੀ ਦੇ ਮੈਡਲ ਦੇਖ ਕੇ ਤੇ ਉਹ ਲੜਕੀਆਂ ਨੂੰ ਦੇਖ ਕੇ ਮੈਂ ਕਾਲਜ ਬੀ ਡੀ ਆਰ ਐ ਤੋਂ ਸਟਾਰਟ ਕੀਤੀ ਵੇਟ ਲਿਫਟਿੰਗ 2007-08 ਦੇ ਵਿੱਚ ਪਰ ਉਦੋਂ ਵੀ ਨਹੀਂ ਹਾਈ ਲੈਵਲ ਦੀ ਗੇਮ ਨਹੀਂ ਕਰ ਸਕੀ ਕਿਉਂਕਿ ਘਰੇ ਖਾਣ ਨੂੰ ਕੁਝ ਨਹੀਂ ਸੀਗਾ ਕਿਉਂਕਿ ਇੱਕ ਗੇਮ ਦੇ ਪਿੱਛੇ ਬਿਲਕੁਲ ਸਹੀ ਗੱਲ ਆ ਵੀ ਡਾਈਟ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਫਿਰ 2009 ਦੇ ਵਿੱਚ ਮੈਂ ਜਰਨਲ ਭਰਤੀ ਹੋਈ ਆ ਐਗਜ਼ਾਮ ਦੇ ਕੇ ਮੈਂ ਭਰਤੀ ਹੋਈ 2009 ਦੇ ਵਿੱਚ ਜਦੋਂ ਮੇਰੀ ਤਨਖਾਹ ਆਉਣੀ ਸ਼ੁਰੂ ਹੋਈ ਤੇ ਮੇਰੀ ਡਾਈਟ ਪੂਰੀ ਹੋਈ 2010 ਦੇ ਵਿੱਚ ਮੈਂ ਸੈਂਟਰਲ ਸਪੋਰਟਸ ਜੁਆਇਨ ਕੀਤਾ 2010 ਤੋਂ ਲੈ ਕੇ ਲਗਾਤਾਰ 2014 ਤੱਕ ਮੈਂ ਆਲ ਇੰਡੀਆ ਪੁਲਿਸ ਗੇਮਸ ਦੇ ਵਿੱਚ ਰਿਕਾਰਡ ਕੀਤੇ ਸੀਨੀਅਰ ਨੈਸ਼ਨਲ weight lifting ਦੇ ਵਿੱਚ ਕਈ gold medal ਜਿੱਤੇ ਇਸ ਦੇ ਨਾਲ ਨਾਲ Commonwealth Games ਦੇ ਵਿੱਚ ਜਾਣ ਵਾਲੀ ਪੰਜਾਬ ਤੇ ਪੰਜਾਬ ਪੁਲਿਸ ਦੀ ਇੱਕੋ ਹੀ ਲੜਕੀ ਸਿਲੈਕਟ ਹੋਈ ਸੀ weight lifting ਦੇ ਵਿੱਚ ਹਾਂਜੀ ਅੱਛਾ ਇਹ ਤੁਸੀਂ ਗੀਮ ਤਾਂ ਆਪਣ ਬੱਲੇਬੁੱਤੇ ਤੇ ਇੱਕ ਪਾਸੇ ਸ਼ੁਰੂਆਤ ਤੋਂ ਹੀ ਗੇਮ ਵਾਲੇ ਪਾਸੇ ਸੀਗੇ ਦੂਸਰੇ ਪਾਸੇ ਪੰਜਾਬ ਪੁਲਿਸ ਦੀ ਨੌਕਰੀ ਦੇ ਵਿੱਚ ਸਹਯੋਗ ਮਿਲਿਆ ਗੇਮ ਦਾ ਫਿਰ ਤੋਂ ਬਿਲਕੁਲ ਜੀ ਸਾਡੇ ਅਫਸਰ ਸਹਿਵਾਨ ਨੇ ਜਿੰਨੇ ਵੀ ਸਾਡੀ ਪੰਜਾਬ ਪੁਲਿਸ ਦੇ ਅਫਸਰ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਉਤਸ਼ਾਹਿਤ ਕੀਤਾ ਇਸ ਚੀਜ਼ ਦੇ ਵਿੱਚ ਅੱਗੇ ਵਧਣ ਲਈ ਬਹੁਤ ਉਤਸ਼ਾਹ ਦਿੱਤਾ ਇਸ ਦੇ ਨਾਲ ਨਾਲ ਸਾਨੂੰ ਪ੍ਰਮੋਸ਼ਨਾਂ ਵੀ ਮਿਲੀਆਂ ਸਾਡੀ weight lifting ਦੇ ਵਿੱਚ ਆ ਸਭ ਤੋਂ ਜ਼ਿਆਦਾ ਮੈਡਲ ਤੇ ਸਭ ਤੋਂ ਵੱਧ ਪ੍ਰਮੋਸ਼ਨ ਪਾਉਣ ਵਾਲੀ ਮੈਂ ਹੀ ਆ ਹਾਂਜੀ ਔਰ ਪੰਜਾਬ ਪੁਲਿਸ ਨੂੰ ਪਹਿਲਾ ਮੈਡਲ weight lifting ਦਾ ਕੁੜੀਆਂ ਦੇ ਵਿੱਚ ਮੈਂ ਹੀ ਦਿੱਤਾ ਸੀਗਾ ਤੇ ਪਾਵਰ ਲਿਫਟਿੰਗ ਦੇ ਵਿੱਚ ਵੀ ਮੈਂ ਹੀ ਦਿੱਤਾ ਸੀਗਾ ਤੇ ਜਿੱਦਾਂ ਜਿੱਦਾਂ ਸਾਡੇ ਮੈਡਲ ਆਉਂਦੇ ਗਏ ਸਾਡਾ ਇੱਕ ਸਪੋਰਟਸ ਦੇ ਵਿੱਚ 5% ਕੋਟਾ ਆ ਪੰਜਾਬ ਪੁਲਿਸ ਦੀ ਜਿਹੜੀ ਪ੍ਰਮੋਸ਼ਨ ਹੁੰਦੀ ਆ ਉਹਦੇ ਵਿੱਚ ਜਿਹੜੇ ਸਾਡੇ ਵੱਡੇ ਜਿੰਨੇ ਵੀ ਅਫਸਰ ਸੀਗੇ ਉਹਨਾਂ ਦੇ ਮਤਲਬ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਨੇ ਸਾਡੀਆਂ ਜਿਹੜੀਆਂ ਫਾਈਲਾਂ ਅੱਗੇ ਪ੍ਰਮੋਸ਼ਨ ਨਹੀਂ ਲਾਈਆਂ ਤੇ ਉਹਨਾਂ ਦੇ ਕਰਕੇ ਅੱਜ ਮੈਂ ਸਬ ਇੰਸਪੈਕਟਰ ਆ ਅੱਜ ਮੋਢੇ ਤੇ ਦੋਸਤਾਂ ਹਾਂ ਜੀ ਦੋਸਤਾਰਾ ਬਿਲਕੁਲ ਸਾਡੇ ਅਫਸਰਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਪੰਜਾਬ ਪੁਲਿਸ ਨੇ ਬੜਾ ਸਾਥ ਦਿੱਤਾ ਤੇ ਇਸ ਕਰਕੇ ਅੱਜ ਮੈਂ ਪ੍ਰਮੋਸ਼ਨ ਲੈ ਲਿਆ ਜਦੋਂ ਜਦੋਂ ਕਾਂਸਟੇਬਲ ਦੀ ਭ ਵੀ ਮੈਂ weightlifter ਆ ਮੈਂ ਆ ਗੇਮ ਕਰ ਲੈਣੀ ਹੈ ਕਈ ਵਾਰ ਚਲੋ ਪਲੇਅਰ ਨੂੰ ਪਹਿਲਾਂ ਹੀ ਕਰ ਦਿੰਦੇ ਵੀ ਕੁੜੀਏ ਤੂੰ ਇਧਰ ਪਾਸੇ ਹੋ ਜਾ ਤੂੰ ਸਿਲੈਕਟ ਹੀ ਆ ਹਾਂਜੀ ਅ ਜਦੋਂ ਮੇਰੇ ਟ్రਾਇਲ ਹੋਇਆ ਉਸ ਤੋਂ ਬਾਅਦ ਮੈਂ ਫਲੋਰ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ weightlifting ਲਈ ਇੰਨੀ ਤਗੜੀ ਗੇਮ ਨਹੀਂ ਸੀ ਪਰ ਫਲੋਰ ਦੇ ਵਿੱਚ ਜਿਹੜੀ ਸਾਡੀ ਬੇਸਿਕ ਟ੍ਰੇਨਿੰਗ ਹੁੰਦੀ ਆ ਜਿਹੜੇ ਫਲੋਰ ਦੇ ਵਿੱਚ ਟ੍ਰੇਨਿੰਗ ਕਰਕੇ ਆਏ ਉਹਨਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਟਫ ਹੁੰਦੀ ਆ ਉਹ ਟ੍ਰੇਨਿੰਗ ਕਰਨ ਦੇ ਬਾਅਦ ਵੀ ਮੈਂ ਰਾਤ ਨੂੰ ਉੱਥੇ ਵੇਟ ਚੱਕਦੀ ਹੁੰਦੀ ਸੀ ਜਿਮ ਦੇ ਬਾਅਦ ਤੇ ਮੈਂ ਉੱਥੇ ਇੰਨੀ ਤਗੜੀ ਗੇਮ ਕਰ ਦਿਤੀ ਮੈਂ ਮੈਨੂੰ ਯਾਦ ਹੈ ਅੱਜ ਵੀ ਕਿ 110 ਕਿਲੋ ਚੱਕ ਕੇ ਜਿਹੜੀ ਆ ਮੈਂ ਉਹਨਾਂ ਦਿਨਾਂ 'ਚ ਹੀ ਲਗਾ ਦਿੱਤੀ ਸੀ 58 ਕੈਟਾਗਰੀ ਦੇ ਵਿੱਚ ਫਲੋਰ ਟ੍ਰੇਨਿੰਗ ਕਰਦੀ ਕਰਦੀ ਨੇ ਤੇ ਸਾਡੀ ਨਾ ਐਸਪੀ ਸਪੋਰਟ ਸੈਕਟਰੀ ਹੁੰਦੇ ਸੀਗੇ ਸ਼ਿਵਦੇਵ ਜੀ ਜੀ ਐਸਪੀ ਸ਼ਿਵਦੇਵ ਸਿੰਘ ਜੀ ਤੇ ਜਦੋਂ ਮੈਂ ਇੱਥੇ ਆਈਆਂ ਸੈਂਟਰ ਸਪੋਰਟਸ ਤੇ ਮੈਂ ਇੱਕ ਡਾਇਰੀ ਲਿਖਦੀ ਹੁੰਦੀ ਸੀ weight lifting ਦੀ ਜਿਹੜਾ ਜਿਹੜੀ ਮੈਂ ਪ੍ਰੈਕਟਿਸ ਕਰਦੀ ਹੁੰਦੀ ਸੀ ਮੈਂ ਉਹਨਾਂ ਨੂੰ ਦਿਖਾਈ ਆ ਕੇ ਕਿ ਸਰ ਮੈਂ ਜਰਨਲ ਭਰਤੀਆਂ ਪਰ weight lifting ਦੇ ਵਿੱਚ ਮੈਂ ਅੱਛਾ ਪਰਫਾਰਮ ਕਰ ਰਹੀ ਹਾਂ ਔਰ ਆ ਦੇਖੋ ਮੇਰੀ ਡਾਇਰੀ ਜਦੋਂ ਉਹਨਾਂ ਨੇ ਪਿਛਲੇ ਮੈਡਲ ਜਿਹੜੀ ਪਿਛਲੀ ਪਰਫਾਰਮੈਂਸ ਦੇਖੀ ਵੀ ਜਿਹੜੇ ਲੜਕੀਆਂ ਦੀ ਪਰਫਾਰਮੈਂਸ ਕਢਵਾ ਕੇ ਦੇਖੀ ਤੇ ਉਹ ਜਿਹੜਾ ਪਿਛਲੇ ਸਾਲ weight lifting ਦਾ 2009-10 ਦੇ ਵਿੱਚ ਇਹ ਕੰਪੀਟੀਸ਼ਨ ਗਿਆ ਸੀ ਉਹ ਸਿਰਫ 90 ਕਿਲੋ ਦੀ ਜ਼ਰਕ ਤੇ ਗਿਆ ਸੀਗਾ ਤੇ ਮੈਂ 110 ਲਾਈ ਸੀਗੀ ਤੇ ਇਸ ਕਰਕੇ ਫਿਰ ਉਹਨਾਂ ਨੇ ਮੈਨੂੰ ਸੈਂਟਰ ਸਪੋਰਟ ਦੇ ਵਿੱਚ ਲੈ ਲਿਆ ਤੇ ਉਹਨਾਂ ਨੇ ਮੇਰੀ ਬੜੀ سپورਟ ਕੀਤੀ ਉਸ ਟਾਈਮ ਤੇ ਇਸ ਤਰ੍ਹਾਂ ਮੈਂ ਸੈਂਟਰ ਸਪੋਰਟਸ ਦੇ ਵਿੱਚ ਆਈ ਫਿਰ ਵੱਧ ਤੋਂ ਵੱਧ ਚਲੋ ਪੰਜ ਕਈ ਕਈ ਵਾਰ ਗੇਮ ਦੀ ਨੌਲੇਜ ਨਹੀਂ ਹੁੰਦੀ ਆ ਬੰਦਿਆਂ ਨੂੰ ਵੀ ਉਸ ਗੇਮ ਦੇ ਵਿੱਚ ਟੈਕਨੀਕਲ ਚੀਜ਼ਾਂ ਜਿਹੜੀਆਂ ਨੇ ਉਹ 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 ਚੀਜ਼ਾਂ ਬੰਦਾ ਨਹੀਂ ਸਮਝ ਪਾਉਂਦਾ ਹੈ ਹਨਾ ਜੇ ਸਧਾਰਨ ਸ਼ਬਦਾਂ ਦੇ ਵਿੱਚ ਦੱਸਣਾ ਹੋਵੇ ਤਾਂ ਇਹ ਸਾਡੀ ਕੁੜੀ ਕਿੰਨਾ ਕੁ weight ਚੱਕ ਲੈਂਦੀ ਆ ਕਿੰਨਾ ਕੁ ਭਾਰ ਚੱਕ ਲੈਂਦੀ ਆ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਦੱਸਣਾ ਸਿੱਧੇ ਸ਼ਬਦਾਂ ਦੇ ਵਿੱਚ ਜੇ ਮੈਂ ਪੰਜਾਬੀ ਦੇ ਵਿੱਚ ਬੋਲਾਂ ਤੇ weight lifting ਦੇ ਵਿੱਚ 58 ਕਿਲੋ ਮੇਰਾ ਖੁਦ ਦਾ ਭਾਰ ਤੇ 127 ਕਿਲੋ ਦਾ ਮੈਂ ਬਾਲਾ ਲਾਇਆ ਹੋਇਆ ਆ ਪੰਜਾਬੀ ਦੇ ਵਿੱਚ ਦੱਸਾਂ ਤੇ ਇਸ ਤੋਂ ਇਲਾਵਾ ਪਾਵਰ ਲਿਫਟਿੰਗ ਦੇ ਵਿੱਚ 2 ਕੁਆਂਟਲ 50 ਕਿਲੋ ਦੀ ਮੈਂ ਬੈਠਕ ਲਈ ਹੋਈ ਆ 63 ਬੋਡੀ weight ਚ 63 ਕਿਲੋ ਭਾਰ ਮੇਰਾ ਖੁਦ ਦਾ ਅੱਛਾ ਬੈਠ ਕੇ ਪਹਿਲਾਂ 2.5 ਕੁਆਂਟਲ ਚੱਕ ਕੇ ਫੇਰ ਬੈਜਣਾ ਹਾਂਜੀ ਬਿਲਕੁਲ ਆਪਣੀ ਮੋਢਿਆਂ ਤੇ 2.5 ਕੁਆਂਟਲ ਰੱਖ ਕੇ ਉਹਨੂੰ ਬੈਠ ਕੇ ਫੇਰ ਉੱਠਣਾ ਉਹਨੂੰ ਬੈਠਕ ਕਹਿੰਦੇ ਆ ਬੈਗ ਸਕੁਐਡ ਕਹਿੰਦੇ ਆ ਤੇ ਇਸ ਦੇ ਨਾਲ ਨਾਲ 195 ਕਿਲੋ ਦੀ ਡੈੱਡ ਲਿਫਟ ਵੀ ਲਈ ਆ ਜਿਹੜਾ ਨੀਚੋਂ ਚੱਕ ਕੇ ਇੱਥੇ ਗੋਡਿਆਂ ਤੱਕ ਲੈ ਕੇ ਆਉਣਾ ਹਾਂ ਅੱਛਾ ਇਹ ਮੈਂ ਦੱਸ ਦਉ ਆਪ ਵੀ ਇਹ ਸੁੱਕੀਆਂ ਰੋਟੀਆਂ ਦੇ ਨਾਲ 2.5 ਕੁਆਂਟਲ weight ਤੁਸੀਂ ਸੋਚ ਰਹੇ ਹੋ ਕਿਵੇਂ ਚੱਕ ਲੈ ਤੇ ਪਿਛੇ ਮਾਂ ਦੀਆਂ ਦੁਆਵਾ ਸੀਗੀਆਂ ਬਾਪ ਦੀ ਮਿਹ ਇੱਕ ਲਗਨ ਸੀਗੀ ਆਪਣੀ ਖੇਡ ਨੂੰ ਲੈ ਕੇ ਫਿਰ ਤਾਂ ਹੀ ਜਿਹੜੇ ਮੁਕਾਮ ਹਾਸਲ ਕੀਤੇ ਜਾਂਦੇ ਨੇ ਮੈਂ ਸੁਣਿਆ ਕਹਿੰਦੇ ਜਹਾਜ਼ ਤੋਂ ਵੀ ਛਾਲ ਮਾਰਦੇ ਬਿਲਕੁਲ ਸਹੀ ਗੱਲ ਆ ਤੁਹਾਡੀ ਇੱਕ ਮਾਂ ਦੀ ਜਦੋਂ ਦੁਆ ਹੁੰਦੀ ਆ ਇੱਕ ਇੱਕ ਮਾਂ ਪਤਾ ਨਹੀਂ ਕਿੰਨੀਆਂ ਮਾਵਾਂ ਜਿਹੜੀਆਂ ਉਹ ਦੁਆਵਾਂ ਦਿੰਦੀਆਂ ਨੇ ਹਨਾ ਕਿ ਜਦੋਂ ਕੋਈ ਬੱਚਾ ਮਿਹਨਤ ਕਰਦਾ ਆ ਤੇ ਬਿਲਕੁਲ ਸਹੀ ਗੱਲ ਆ ਪੰਜਾਬ ਹਰਿਆਣਾ ਹਿਮਾਚਲ ਔਰ ਚੰਡੀਗੜ੍ਹ ਦੀ ਉਸ ਟਾਈਮ ਮੈਂ 2007 ਦੇ ਵਿੱਚ ਇੱਕੋ ਲੜਕੀ ਸਿਲੈਕਟ ਹੋਈ ਸੀਗੀ ਐਨਸੀਸੀ ਦੇ ਵਿੱਚ ਤੇ ਮੈਂ ਜਹਾਜ਼ ਤੋਂ ਜੰਪ ਕੀਤੇ ਆ 1250 ਫੁੱਟ ਤੋਂ ਤੇ ਇਸ ਦੇ ਨਾਲ ਨਾਲ ਮੈਂ ਮਾਉਂਟ ਐਵਰੈਸਟ ਲెక్ਟਡ ਆ ਪਰਬਤ ਆ ਰੋਹੀ ਜਿਨ੍ਹਾਂ ਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਮੈਂ ਕਈ ਵਾਰ ਦੇਖਦੇ ਆ ਕਿ ਦੂਜੀਆਂ ਸਟੇਟਾਂ ਵਾਲੇ ਚੜ ਜਾਂਦੇ ਨੇ ਉਹ ਬਰਫ ਵਾਲੀਆਂ ਵੱਡੀਆਂ-ਵੱਡੀਆਂ ਪਹਾੜੀਆਂ ਆ ਉਹ ਵੀ ਚੜੀਆਂ ਨੇ ਹਾਂਜੀ ਬਿਲਕੁਲ ਉਹ ਵੀ ਚੜੀਆਂ ਹੋਈਆਂ ਉਹ ਇੱਕ ਦੁਨੀਆ ਹੀ ਅਲੱਗ ਆ ਉਹ ਜਿਹੜੇ ਬਰਫ਼ ਦੇ ਪਹਾੜ ਚੜਨੇ ਬਰਫ਼ ਦੇ ਵਿੱਚ ਜਾ ਕੇ ਰਹਿਣਾ ਆਕਸੀਜਨ ਲਗਾ ਕੇ ਉੱਥੇ ਤੁਹਾਨੂੰ ਰੋਟੀ ਨਹੀਂ ਮਿਲਦੀ ਉੱਥੇ ਜਾ ਕੇ ਟੈਂਟ ਲਗਾ ਕੇ ਰਹਿਣਾ ਉਹ 20000 ਬਰਫ਼ ਦੀਆਂ ਜਿਹੜੀਆਂ ਚੋਟੀਆਂ ਉਹ ਵੀ ਕਲਾਈਮ ਕੀਤੀਆਂ ਹੋਈਆਂ ਆ ਇਹ ਟੈਕਨੀਕਲ ਜੀਆਂ ਗੱਲਾਂ ਕੀਤੀਆਂ ਸਧ ਕੱਲ ਮੈਂ ਚਾਹਣਾ ਅੱਜ ਕਰੀਏ ਤੁਹਾਡੀਆਂ ਪਹਿਲਾਂ ਵੀ ਇੰਟਰਵਿਊਜ਼ ਹੋਈਆਂ ਹੋਣਗੀਆਂ ਜਿਵੇਂ ਕਾਲਜ ਟਾਈਮਸ ਸੀਗਾ ਬੜੇ ਤੁਸੀਂ ਸ਼ੁਰੂਆਤ ਤੋਂ ਖੇਡਾਂ ਵਾਲੇ ਪਾਸੇ ਮੁੰਡਿਆਂ ਨੂੰ ਹਰਾਉਣਾ ਦੌੜ ਦੇ ਵਿੱਚ ਕਾਲਜ ਟਾਈਮ ਦੇ ਵਿੱਚ ਇੱਕ ਸੀਗਾ ਇੱਕ ਔਰ ਵੱਖਰਾ ਜਿਹਾ ਵੀ ਆਹ ਕੁੜੀ ਦੇ ਨੇੜੇ ਨਹੀਂ ਆਉਣਾ ਇਸ ਕੁੜੀ ਨੂੰ ਕੁਝ ਨਹੀਂ ਕਹਿਣਾ ਫਿਰ ਇਹਨਾਂ ਪੰਗਾ ਨਹੀਂ ਲੈਣਾ ਕੋਈ ਇਦਾਂ ਦਾ ਮੌਲ ਸੀਗਾ ਬਿਲਕੁਲ ਸਹੀ ਗੱਲ ਆ ਕਿਤਨੇ ਕਿਤੇ ਥੋੜਾ ਸਪੋਰਟਸ ਪਰਸਨ ਹੋਣ ਦਾ ਜਿਹੜਾ ਹੁੰਦਾ ਹੀ ਆ ਤੇ ਬਹੁਤ ਪਿਆਰ ਕਰਦੇ ਸੀ ਸਾਰੇ ਤੇ ਥੋੜੇ ਡਰਦੇ ਵੀ ਸੀਗੇ ਕਿ ਹਾਂ ਵੀ ਪਲੇਅਰ ਆ ਪਤਾ ਨਹੀਂ ਕਿੱਦਾਂ ਦੀ ਹੋਊਗੀ ਤੇ ਜਿਹੜੀਆਂ ਆਮ ਲੜਕੀਆਂ ਸੀਗੀਆਂ ਉਹ ਥੋੜਾ ਘੱਟ ਬੁਲਾਂਦੀਆਂ ਸੀਗੀਆਂ ਪਰ ਇਹ ਖੁਸ਼ੀ ਦੀ ਗੱਲ ਆ ਕਿ ਅੱਜ ਦੇ ਟਾਈਮ ਦੇ ਵਿੱਚ ਸਾਰੀਆਂ ਲੜਕੀਆਂ ਮੈਨੂੰ ਕੰਟੈਕਟ ਕਰ ਰਹੀਆਂ ਆ ਕਿ ਮੀਨਾ ਅਸੀਂ ਤੇਰੇ ਕਾਲਜ ਦੇ ਮਤਲਬ ਫਰੈਂਡਸ ਆ ਸਕੂਲ ਦੇ ਫਰੈਂਡਸ ਆ ਕੁੜੀਆਂ ਤਾਂ ਬੜੀਆਂ ਸੌਫਟਨੈਸ ਨੂੰ ਪਸੰਦ ਕਰਦੀਆਂ ਨੇ ਹਨਾ ਮੈਂ ਧੁੱਪ ਦੇ ਵਿੱਚ ਨਹੀਂ ਜਾਣਾ ਜਾਂ ਆਪਣੇ ਡਾਈਟ ਦਾ ਖਿਆਲ ਰੱਖਣਾ ਤੁਸੀਂ ਤਾਂ ਕੰਮ ਹੀ ਬੜਾ ਹਾਰਡ ਚੁਣਿਆ ਸੀਗਾ ਲੋਹੇ ਨਾਲ ਮੱਥਾ ਮਾਰਨਾ ਮੈਂ ਕਹਿ ਸਕਦਾ ਸਿੱਧੇ ਸ਼ਬਦਾਂ ਦੇ ਵਿੱਚ ਵੀ ਲੋਹੇ ਨਾਲ ਮੱਥਾ ਮਾਰਨਾ ਸੀਗਾ ਤਾਂ ਫਿਰ ਕਿਸ ਤਰੀਕੇ ਦੀ ਡਾਈਟ ਲੈਣੀ ਪੈਂਦੀ ਸੀ ਕੀ ਖਾਣੇ ਹੁੰਨੇ ਸੀਗੇ ਸ਼ੁਰੂਆਤ ਦੇ ਵਿੱਚ ਤਾਂ ਦੱਸਿਆ ਤੁਸੀਂ ਪਰ ਫਿਰ ਜਦੋਂ ਪ੍ਰੋਪਰ ਆ ਗਏ ਸਾਡੀਆਂ ਹੋਰ ਭੈਣਾਂ ਦੇਖ ਰਹੀਆਂ ਆਉਣੀਆਂ ਕਿ ਟੁਟ-ਟੁਟ ਡਾਈਟ ਕੌਨਸ਼ੀਅਸ ਨੇ ਅੱਜ ਕੱਲ ਡਾਈਟਿੰਗ ਹੁੰਦੀ ਹੈ ਪਰ ਤੁਸੀਂ ਸੀਗੇ ਜਿਹੜੇ ਡਾਈਟ ਲਈ ਤਰਸਦੇ ਸੀਗੇ ਵੀ ਡਾਈਟ ਪ੍ਰੋਪਰ ਮਿਲੇ ਹਨਾ ਕੀ ਖਾਣੇ ਹੋ ਕਿਸ ਤਰੀਕੇ ਦਾ ਰੁਟੀਨ ਰਹਿੰਦਾ ਆ ਬਿਲਕੁਲ ਸਹੀ ਆ ਅ ਅੱਜ ਦੇ ਟਾਈਮ 'ਚ ਤਾਂ ਧੁੱਪ ਤੋਂ ਬਹੁਤ ਲੋਕੀ ਡਰਦੇ ਨੇ ਪਰ ਮੇਰਾ ਟਾਈਮ ਜਿਹੜਾ ਸੀਗਾ ਜਿਹੜੀ ਮੈਂ ਮਿਹਨਤ ਕੀਤੀ ਆ ਉਹ ਮੈਂ ਜੈਤੇਵਾਲੀ ਤੋਂ ਲੈ ਕੇ ਇੱਕ ਪਿੰਡ ਪਿੰਡ ਇੱਕ ਕੁੱਕੜ ਪਿੰਡ ਅਲੀਪੁਰ ਮੈਂ ਜੈਤੇਵਲੀ ਤੋਂ ਲੈ ਕੇ ਅਲੀਪੁਰ ਤੱਕ ਵੇਟ ਜਿਹੜਾ ਹੈ ਨਾ ਉਹ ਚੱਕਣ ਜਾਂਦੀ ਹੁੰਦੀ ਸੀ ਤੁਰ ਕੇ ਮੇਰੇ ਲਈ ਕੋਈ ਧੁੱਪ ਨਹੀਂ ਕੋਈ ਸ਼ਾਨ ਨਹੀਂ ਮੈਂ ਕੋਈ ਟਾਈਮ ਨਹੀਂ ਦੇਖਣਾ ਰਾਤ ਵੀ ਹੋ ਜਾਣੀ ਜਿਹਨੇ ਲਾਈਫ ਦੇ ਵਿੱਚ ਕੁਝ ਕਰਨਾ ਨਾ ਉਹਨੂੰ ਧੁੱਪ ਜਾਂ ਕੋਈ ਵੀ ਲਾਈਫ ਦੀ ਔਕੜ ਜਿਹੜੀ ਉਹ ਨਹੀਂ ਦੀਦੀ ਤੇ ਇਸ ਤਰ੍ਹਾਂ ਅਸੀਂ ਲਾਈਫ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਬਾਕੀ ਰਹੀ ਕੁੜੀਆਂ ਦੀ ਗੱਲ ਅੱਜਕੱਲ ਕੁੜੀਆਂ ਜਿਹੜੀਆਂ ਫਾਸਟ ਫੂਡ ਵੀ ਬਹੁਤ ਪਸੰਦ ਕਰਦੀਆਂ ਨੇ ਕਿਤੇ ਨਾ ਕਿਤੇ ਮੈਨੂੰ ਵੀ ਪਸੰਦ ਸੀਗਾ ਪਰ ਜਿਹੜਾ ਜਿਹੜੀ ਗੇਮ ਆ ਇੱਕ ਸਪੋਰਟਸ ਆ ਨਾ ਉਹ ਇੱਕ ਤਪੱਸਿਆ ਆ ਇਹ ਕਿ ਤਪੱਸਿਆ ਆ ਉਸ ਤਪੱਸਿਆ ਦੇ ਲਈ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਸਾਨੂੰ ਭਾਰ ਘਟਾਉਣਾ ਪੈਂਦਾ ਜਿਹਦੇ ਵਿੱਚ ਅਸੀਂ ਕਿੰਨੀ ਕਿੰਨੀ ਦਿਨ ਜਿਹੜੀਆਂ ਰੋਟੀ ਨਹੀਂ ਖਾਂਦੇ ਫਿਰ ਅਸੀਂ ਬੋਇਲਡ ਸਬਜ਼ੀਆਂ ਖਾਂਦੇ ਆ ਦਾਲਾਂ ਖਾਂਦੇ ਆ ਇਸ ਕਰਕੇ ਇਹ ਰੋਟੀ ਛੱਡਣੀ ਪੈਂਦੀ ਆ ਥੋੜੇ ਜਿਹਾ ਦੁਪਹਿਰ ਨੂੰ ਚਾਵਲ ਖਾ ਲੈ ਬਸ ਇਦਾਂ ਦੀਆਂ ਚੀਜ਼ਾਂ ਤੇ ਹੀ ਫਿਰ ਗੇਮ ਕੀਤੀ ਪੁਲਿਸ ਵਰਦੀ ਦਾ ਰੋਬ ਬੜਾ ਆ ਕਹਿੰਦੇ ਵੀ ਜਿੱਥੇ ਪੰਜਾਬ ਪੁਲਿਸ ਘੜੀ ਬੰਦਾ ਜਿਹੜੇ ਚੋਰ ਨੇ ਜਾਂ ਕਹਿ ਲਈਏ ਜਿਹੜੇ ਥੋੜੇ ਮਾਨ ਅਨਸਰ ਨਹੀਂ ਉਹ ਤਾਂ ਰਾਹ ਛੱਡ ਜਾਂਦੇ ਉਹ ਤੋਂ ਬਿਲਕੁਲ ਕਿਦਾਂ ਦਾ ਲੱਗਦਾ ਹੈ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਕੀ ਫੀਲ ਕਰਦੇ ਹੋ ਅੱਜ ਪੰਜਾਬ ਪੁਲਿਸ ਦਾ ਜਾਂ ਤੁਹਾਡੀ ਮੈਂ ਆਪਣੇ ਨਿੱਜੀ ਤੌਰ ਤੇ ਜਾਣਨਾ ਚਾਹਾਂ ਮੈਂ ਡਿਊਟੀ ਨੂੰ ਕਿਵੇਂ ਨਿਭਾਉਂਦੇ ਹੋ ਕਿਸ ਤਰੀਕੇ ਦਾ ਲੋਕ ਡਰਦੇ ਨੇ ਤੁਹਾਡੇ ਤੋਂ ਬਿਲਕੁਲ ਸਹੀ ਗੱਲ ਆ ਇਹ ਗੱਲ ਹੀ ਨਹੀਂ ਆ ਕਿ ਡਰਨਾ ਡਰਾਉਣਾ ਜਾਂ ਕੀ ਹੈ ਡਰਦੇ ਤਾਂ ਉਹ ਨਹੀਂ ਜਿਨ੍ਹਾਂ ਨੇ ਕੋਈ ਨਾ ਕੋਈ ਕ੍ਰਾਈਮ ਕੀਤਾ ਹੁੰਦਾ ਨੇਚਰਲੀ ਹੈਨਾ ਤੇ ਬਾਕੀ ਜਿਹੜੀ ਪੁਲਿਸ ਆ ਉਹ ਮਾੜੀ ਨਹੀਂ ਆ ਕਈ ਵੇਲੇ ਹਾਲਾਤ ਇਦਾਂ ਦੇ ਹੋ ਜਾਂਦੇ ਆ ਜਿਹਦੇ ਵਿੱਚ ਸਾਨੂੰ ਗੁੱਸਾ ਕਰਨਾ ਪੈਂਦਾ ਹੈ ਔਰ ਜ਼ਰੂਰੀ ਆ ਸਾਡੇ ਸਮਾਜ ਦੇ ਲਈ ਇਹ ਸਾਡਾ ਇਹ ਇਹ ਸਾਡਾ ਫਰਜ ਆ ਇਹ ਸਾਡੀ ਵਰਦੀ ਦਾ ਫਰਜ ਆ ਕਿ ਕ੍ਰਾਈਮ ਨੂੰ ਕੰਟਰੋਲ ਕਰਨਾ ਤੇ ਉਹ ਜਿੱਥੇ ਲੋੜ ਹੁੰਦੀ ਅਸੀਂ ਉਹ ਕਰਦੇ ਆ ਇਸ ਦੇ ਨਾਲ ਨਾਲ ਮੈਂ ਪਿੱਛੇ 7-8 ਮਹੀਨੇ ਊਮਨ ਸੈਲ ਇਨਚਾਰਜ ਰਹੀ ਆ ਉੱਥੇ ਜਾ ਕੇ ਮੈਂ ਸੈਮੀਨਾਰਸ ਕੀਤੇ ਜਿਹਦੇ ਵਿੱਚ ਮੈਂ ਇਹ ਮੈਸੇਜ ਦਿੱਤਾ ਕਿ ਜਿਹੜੀ ਪੁਲਿਸ ਆ ਤੁਹਾਡੀ ਦੋਸਤ ਆ ਮੈਂ ਬੱਚਿਆਂ ਨੂੰ ਮੈਸੇਜ ਦਿੱਤਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਚਾਈਲਡ ਕ੍ਰਾਈਮ ਆ ਬਹੁਤ ਵੱਧ ਗਿਆ ਆ ਕੀਤੇ ਨਾ ਕੀਤੇ ਤੇ ਉਹ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਤੇ ਮੈਂ ਸੈਮੀਨਾਰ ਲਗਾਉਂਦੀ ਰਹੀਆਂ ਕਿ ਜਿਹੜੀ ਪੁਲਿਸ ਆ ਤੁਹਾਡੀ ਦੋਸਤ ਆ ਇੱਕ ਚੰਗਾ ਸੁਨੇਹਾ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਇਹਦੇ ਵਿਆਹ ਵੀ ਥਾਣੇ 'ਚ ਕਰਵਾਤੇ ਲੋਕਾਂ ਦਾ ਬਿਲਕੁਲ ਸਹੀ ਗੱਲ ਆ ਕਾਫੀ ਵਿਆਹ ਕਰਵਾਈ ਮੈਂ ਥਾਣਿਆਂ ਦੇ ਵਿੱਚ ਆਪਣੀ ਜੇਬ ਦੇ ਵਿੱਚੋਂ ਮੈਂ ਸ਼ਗਨ ਦਿੱਤਾ ਮੈਂ ਆਪਣੇ ਥਾਣੇ ਦੇ ਵਿੱਚ ਜਦੋਂ ਸਮਝੌਤਾ ਹੋ ਜਾਂਦਾ ਸੀਗਾ ਕਾਉਂਸਲਿੰਗਸ ਦੇ ਨਾਲ ਅਸੀਂ ਤਿੰਨ ਕਾਉਂਸਲਿੰਗ ਰੱਖਦੇ ਹੁੰਦੇ ਸੀਗੇ ਤੇ ਜਦੋਂ ਸਮਝੌਤਾ ਹੋ ਜਾਣਾ ਤੇ ਮੈਂ ਸਪੈਸ਼ਲ ਮਠਿਆਈ ਦਾ ਡੱਬਾ ਮੰਗਵਾਉਣਾ ਤੇ ਉੱਥੇ ਉਹਨਾਂ ਦੇ ਹਾਰ ਪਾ ਕੇ ਉਹਨਾਂ ਦਾ ਵਿਆਹ ਕਰਕੇ ਉਹਨਾਂ ਨੂੰ ਮੈਂ ਤੋੜਨਾ ਬਿਲਕੁਲ ਪਰਚਾ ਵੀ ਕੋਈ ਨਹੀਂ ਦਿੰਦਾ ਬਿਲਕੁਲ ਪਰਚਾ ਦਈਏ ਕਿਉਂ ਜਦ ਕਿਸੇ ਦੀ ਕੋਈ ਗਲਤੀ ਨਹੀਂ ਅਸੀਂ ਕਿਉਂ ਪਰਚਾ ਦਈਏ ਕਿਸੇ ਦੀ ਲਾਈਫ ਇਦਾਂ ਖਰਾਬ ਨਹੀਂ ਕਰਨੀ ਜਿਹੜੇ ਕੇਸ ਜਿਹੜੇ ਹੈ ਕਾਉਂਸਲਿੰਗ ਨਾਲ ਸੋਲਵ ਹੋ ਸਕਦੇ ਅਸੀਂ ਕਿਉਂ ਗਲਤ ਕਰੀਏ ਜੀ ਇਹ ਦਾ ਦੀ ਕੋਈ ਗੱਲ ਨਹੀਂ ਆ। ਬਹੁਤ ਇਸਤੇਮਾਲ ਹੁੰਦਾ ਇਸ ਚੀਜ਼ ਦਾ। ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਵੀ ਕੁੜੀ ਹੋ ਮਹਿਸੂਸ ਕਰਦੇ ਹੋ ਇਸ ਚੀਜ਼ ਨੂੰ ਕਈ ਵਾਰ ੱੱਕਾ ਹੁੰਦਾ ਲੋਕਾਂ ਦੇ ਨਾਲ। ਅਕਸਰ ਹੁੰਦਾ ਮੈਂ ਦੇਖਦਾ ਆਪਾਂ। ਨੋ ਡਾਊਟ ਸਾਰੇ ਚੰਗੇ ਨਹੀਂ ਹੋਣਗੇ, ਸਾਰੇ ਬੁਰੇ ਨਹੀਂ ਹੋਣਗੇ ਪਰ ਲੱਗਦਾ ੱੱਕਾ ਹੋ ਜਾਂਦਾ। ਬਿਲਕੁਲ ਸਹੀ ਗੱਲ ਐ, ਬਿਲਕੁਲ ੱੱਕਾ ਕਰਦੀਆਂ ਨੇ ਕਈ ਕੁੜੀਆਂ। ਮੈਂ ਖੁਦ ਇੱਕ ਲੜਕੀ ਆ ਪਰ ਮੈਂ ਜਿਹੜੇ ਕੇਸ ਦੇਖ ਕੇ ਆਈ ਆ ਉਹਦੇ ਵਿੱਚ ਮੈਂ ਇਹ ਚੀਜ਼ਾਂ ਦੇਖੀਆਂ ਆ ਕਿ ਕਿਤੇ ਨਾ ਕਿਤੇ ਜਿਹੜੀ ਗਲਤੀ ਐ ਉਹ ਕੁੜੀਆਂ ਦੀ ਵੀ ਹੁੰਦੀ ਆ। ਮੈਂ ਇਹ ਨਹੀਂ ਕਹਿੰਦੀ ਕਿ ਕੁੜੀਆਂ ਹੀ ਜ਼ਿਆਦਾ ਸਹੀ ਆ ਜਾਂ ਮੁੰਡੇ ਹੀ ਜ਼ਿਆਦਾ ਸਹੀ ਆ। ਦੋਨਾਂ ਦੀ ਗਲਤੀ ਹੁੰਦੀ ਆ ਦੋਨਾਂ ਧਿਰਾਂ ਦੀ ਗਲਤੀ ਹੁੰਦੀ ਆ ਪਰ ਮੈਂ ਕਿਸੇ ਨਾਲ ਵੀ ਉੱਥੇ ੱਤਕਾ ਨਹੀਂ ਹੋਣ ਦਿੱਤਾ ਚਾਹੀ ਉਹ ਲੜਕੀ ਆ ਚਾਹੀ ਉਹ ਲੜਕਾ ਆ ਜੋ ਸੱਚ ਸੀ ਮੈਂ ਉਹਦਾ ਸਾਥ ਦਿੱਤਾ ਇਸ ਕਰਕੇ ਜਿਹੜੀ ਇਹ ਕਾਉਂਸਲਿੰਗ ਸੀਗੀਆਂ ਉਹਦੇ ਵਿੱਚ ਹੀ ਸੋਲਵ ਹੋ ਜਾਂਦੀ ਸੀ ਮੇਰੇ ਕੇਸ ਵਾਪਸ ਤੁਹਾਡੀ ਖੇਡ ਵਾਲੇ ਪਾਸੇ ਆਉਨੇ ਆ ਪਹਿਲਾ ਮੈਡਲ ਕਦੋਂ ਮਿਲਿਆ ਸੀਗਾ ਕਹਿੰਦੇ ਤਰੀਕਾ ਵੀ ਯਾਦ ਨਹੀਂ ਤੁਹਾਨੂੰ ਨਾਲ ਗੱਲ ਚੱਲ ਰਹੀ ਸੀਗੀ ਔਰ ਵਾਕਿਆ ਪਲੇਅਰ ਨੂੰ ਜੋ ਆਪਣੀ ਮਿਹਨਤ ਦਾ ਜੋ ਉਹਦਾ ਟੀਚਾ ਹੁੰਦਾ ਉਹ ਟੀਚਾ ਕਦੇ ਭੁੱਲਦਾ ਨਹੀਂ ਆਮ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਟਨਾਮਨ ਭੁੱਲ ਸਕਦਾ ਕੋਈ ਚੰਗੀਆਂ ਚੀਜ਼ਾਂ ਨੂੰ ਭੁੱਲ ਸਕਦਾ ਪਹਿਲਾ ਮੈਡਲ ਜਿੱਦਣੇ ਜਿੱਤਿਆ ਸੀਗਾ ਫਿਰ ਉਸ ਦਿਨ ਘਰ ਦਾ ਮਾਹੌਲ ਕੀ ਸੀ ਉਸ ਦਿਨ ਘਰ ਦਿਨ ਬਦਲੇ ਸੀ ਛੱਤ ਪੱਕੀ ਹੋਈ ਸੀ ਕਹਿੰਦੇ ਚਾਂਦੀ ਛੱਤ ਅ ਨਹੀਂ ਜਦੋਂ ਪਹਿਲਾ ਮੈਡਲ ਆਇਆ ਉਦੋਂ ਤਾਂ ਨਹੀਂ ਛੱਤ ਪੱਕੀ ਹੋਈ ਸੀ ਐਵੇਂ ਝੂਠ ਕਿਉਂ ਕਵਾਂ 2009 ਦੇ ਵਿੱਚ ਸਤੰਬਰ ਦੇ ਵਿੱਚ ਜਦੋਂ ਮੈਂ ਭਾਰਤੀ ਨਹੀਂ ਹੋਈ ਸੀ ਉਦੋਂ ਮੇਰਾ ਜੂਨੀਅਰ ਨੈਸ਼ਨਲ ਦੇ ਵਿੱਚੋਂ ਪਹਿਲਾ ਮੈਡਲ ਆਇਆ ਸੀ ਸਿਲਵਰ ਬਿਲਕੁਲ ਸਹੀ ਗੱਲ ਹੈ ਮੇਰੇ ਕੋਲ ਤਾਂ 2021 ਤੱਕ ਦੀਆਂ ਭਾਵੇਂ ਡੇਟਸ ਪੁੱਛ ਲਓ ਮੈਨੂੰ ਸਾਰੀਆਂ ਯਾਦ ਆ ਕਹਿੰਦੇ ਉਹਦੇ ਹੱਡ ਵੀਤੀ ਬਹੁਤ ਮਿਹਨਤ ਕੀਤੀ ਨਾ ਮੈਡਲਾਂ ਲਈ ਤੇ ਪੰਜਾਬ ਪੁਲਿਸ ਨੂੰ ਜਿਹੜਾ ਪਹਿਲਾ ਮੈਡਲ ਸੀਗਾ ਉਹ 2011 ਦੇ ਵਿੱਚ ਫਰਵਰੀ ਦੇ ਵਿੱਚ ਆਲ ਇੰਡੀਆ ਪੁਲਿਸ ਗੇਮਸ ਦੇ ਵਿੱਚ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਦਿਨ ਚੰਗੇ ਆਂਦੇ ਗਏ ਫਿਰ ਭਰਾਵਾਂ ਨੇ ਵੀ ਜਦੋਂ ਕੰਮ ਕੀਤਾ ਤੇ ਮੈਨੂੰ ਵੀ ਜੋਬ ਜਦੋਂ ਮਿਲ ਗਈ 2009 ਦੇ ਵਿੱਚ ਉਸ ਤੋਂ ਬਾਅਦ ਫਿਰ 2016 ਦੇ ਵਿੱਚ ਅਸੀਂ ਇਕੱਠਿਆਂ ਨੇ ਭੈਣ ਭਰਾਵਾਂ ਨੇ ਰਲ ਕੇ ਇੱਕ ਘਰ ਬਣਾਇਆ ਪਿੰਡ ਦੇ ਵਿੱਚ ਹਾਂਜੀ ਉਦੋਂ ਸਾਡੀ ਜਿਹੜੀ ਛੱਤ ਆ ਉਹ ਪੱਕੀ ਹੋਈ। ਕਦੋਂ ਆਪਣੇ ਫਾਦਰ ਸਾਹਿਬ ਨੂੰ ਉਹ ਜਿਹੜਾ ਦਰਜੀ ਦਾ ਬੜਾ ਬਰੀਕੀ ਦਾ ਕੰਮ ਕਰਦੇ ਸੀ ਮਾਤਾ ਜੀ ਬੜੀ ਬਰੀਕੀ ਦਾ ਕੰਮ ਕਰਦੇ ਸੀ ਕਦੋਂ ਫਿਰ ਕਿਹਾ ਵੀ ਹੁਣ ਛੱਡ ਦਿਓ। ਹੁਣ ਜ਼ਿੰਮੇਵਾਰੀ ਆ ਗਈ। ਹਾਂਜੀ ਬਿਲਕੁਲ ਜਦੋਂ ਮੈਨੂੰ ਜੌਬ ਮਿਲ ਗਈ ਸੀ ਮੈਂ ਤਾਂ ਉਹਦੇ ਕਹਿ ਦਿੱਤਾ ਸੀਗਾ ਕਿਉਂਕਿ ਪਾਪਾ ਦੀ ਨਿਗਾ ਵੀ ਜਿਹੜੀ ਹੈ ਉਹ ਮਤਲਬ ਘਟ ਗਈ ਸੀ ਤੇ ਮੰਮੀ ਦੇ ਤਾਂ ਮੰਮੀ ਮੇਰੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀਗੇ ਕਿਉਂਕਿ ਸਾਰੀ ਰਾਤ ਸਾਰਾ ਦਿਨ ਉਹਨਾਂ ਨੇ ਬੈਠ ਕੇ ਫੁੱਟਬਾਲ ਸੀਨੇ ਉਹਨਾਂ ਦੀਆਂ ਮਤਲਬ ਲੱਤਾਂ ਦੇ ਵਿੱਚ ਵੀ ਪ੍ਰੋਬਲਮ ਆ ਗਈ ਸੀਗੀ ਤੇ ਮ ਇਹ ਸਟੋਰੀ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਜਦੋਂ ਮੇਰੇ ਨਾ ਵੱਡੇ ਭਰਾ ਦਾ ਵਿਆਹ ਸੀਗਾ ਮੈਨੂੰ ਅੱਜ ਵੀ ਯਾਦ ਹੈ ਤੇ ਮੈਂ ਮੇਰੀ ਜੌਬ ਨਹੀਂ ਮਿਲੀ ਸੀ ਉਸ ਟਾਈਮ ਤੇ ਮੇਰੀ ਮੰਮੀ ਜਿਹੜੇ ਸੀਗੇ ਜਦੋਂ ਵਿਆਹ ਤੇ ਜਾਣਾ ਤੇ ਉਹ ਜਿੱਦਾਂ ਹੁੰਦਾ ਨਾ ਪਿੰਡਾਂ ਦੇ ਵਿੱਚ ਵੀ ਸੋਨਾ ਪਾਣਾ ਤੇ ਮੇਰੀ ਮੰਮੀ ਨੇ 10 ਰੁਪਏ ਦੀਆਂ ਜਿਹੜੀਆਂ ਵਾਲੀਆਂ ਸੀਗੀਆਂ ਹਨਾ ਉਹ ਮਤਲਬ ਐਮਸੋ ਉਹ ਮਿਹਨਤ ਬੋਲਦੀ ਹੈ ਇਹ ਹੰਝੂ ਅੱਜ ਉਸ ਵੇਲੇ ਨੂੰ ਯਾਦ ਤਾਂ ਕਰ ਰਹੇ ਨੇ ਪਰ ਅੱਜ ਜੋ ਕਾਮਯਾਬੀ ਉਸਮਾਨ ਦੀਆਂ ਦੁਆਵਾਂ ਦੇ ਨਾਲ ਹਾਸਲ ਕੀਤੀ ਹੈ ਸ਼ਾਇਦ ਉਸ ਚੀਜ਼ ਨੂੰ ਜਦੋਂ ਮਹਿਸੂਸ ਕਰਦਾ ਨਾ ਬੰਦਾ ਜੇ ਨੇ ਫਿਰ ਤਨ ਤੇ ਪਿੰਡੇ ਦੇ ਉੱਤੇ ਜਿਹਨੇ ਸਭ ਕੁਝ ਹੰਡਾਇਆ ਹੋਵੇ ਉਹ ਉਹ ਹੀ ਨਾ ਹੰਝੂਆਂ ਦੀ ਕਦਰ ਮਹਿਸੂਸ ਕਰ ਸਕਦਾ ਔਰ ਪੰਜਾਬ ਪੁਲਿਸ ਨੂੰ ਬੜੀ ਸਖਤ ਤੇ ਬੜੀ ਕਠੋਰ ਮੰਨਦੇ ਅੱਜ ਤੁਸੀਂ ਸਾਹਮਣੇ ਉਦਾਹਰਨ ਦੇਖੀ ਹੈ ਇਹ ਉਹ ਪੰਜਾਬ ਪੁਲਿਸ ਹੈ ਇਹ ਪੰਜਾਬ ਦੀ ਉਹ ਦਲੇਰ ਪੰਜਾਬ ਪੁਲਿਸ ਦੀ ਧੀ ਹੈ ਜਿਨ੍ਹਾਂ ਦੇ ਵੱਲੋਂ ਲੋਕਾਂ ਦੇ ਘਰ ਤੋੜੇ ਨਹੀਂ ਘਰ ਜੋੜੇ ਨੇ ਲੋਕਾਂ ਦੇ ਵਿੱਚ ਪ੍ਰਸ਼ਾਦ ਪਾਏ ਨਹੀਂ ਪ੍ਰਸ਼ਾਦ ਖਤਮ ਕੀਤੇ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਬਚਾਉਣ ਦੇ ਯਤਨ ਕੀਤੇ ਨੇ ਔਰ ਆਪ ਕਿਉਂਕਿ ਉਹ ਸਾਰੀਆਂ ਚੀਜ਼ਾਂ ਦੇਖੀਆਂ ਸੀਗੀਆਂ ਇਮੋਸ਼ਨਲ ਹੋ ਗਿਆ ਬੰਦਾ ਇਨਸਾਨ ਅਕਸਰ ਜਦੋਂ ਆਪਾਂ ਦੇਖਦੇ ਆ ਜਦੋਂ ਪੌੜੀਦਰ ਪੌੜੀ ਚੜ ਕੇ ਆਇਆ ਹੋਵੇ ਇੱਕ ਤਾਂ ਸਿੱਧਾ ਹੁੰਦੇ ਵੀ ਹਾਂ ਜਿਸ ਫਾਰਚ ਆ ਗਈ ਤੇ ਬੰਦਾ ਅੱਗੇ ਵਧ ਜਾਂਦਾ ਪਰ ਅੱਜ ਜਦੋਂ ਬੰਦਾ ਪੌੜੀਦਰ ਪੌੜੀ ਚੜਦਾ ਫਿਰ ਮੈਨੂੰ ਲੱਗਦਾ ਸਵਾਦ ਵੀ ਵੱਖਰਾ ਆਉਂਦਾ ਹਾਂਜੀ ਹਾਂਜੀ ਆਮ ਸੌਰੀ ਥੈਨ ਯਾ ਲੱਗ ਗਈ ਸੀ ਤੇ ਮੇਰੀ ਮੰਮੀ ਕੋਲ ਨਾ ਮਤਲਬ ਕੰਨਾਂ ਦੇ ਵਿੱਚ ਪਾਉਣ ਨੂੰ ਕੁਝ ਨਹੀਂ ਸੀਗਾ ਤੇ ਮੰਮੀ ਕਿਸੇ ਨਾਲ ਗੱਲ ਕਰ ਰਹੀ ਸੀ ਦਾ ਨਾ ਕਿ ਮਤਲਬ ਮੰਮੀ ਨੇ 10 ਰੁਪਏ ਦੀਆਂ ਵਾਲੀਆਂ ਜਿਹੜੀਆਂ ਸੀ ਉਹ ਲੈ ਕੇ ਪਾਈਆਂ ਵਿਆਹ ਦੇਖਣ ਨੂੰ ਤੇ ਮੈਨੂੰ ਅੱਜ ਵੀ ਯਾਦ ਆ ਜਦੋਂ 2009 ਦੇ ਵਿੱਚ ਮੈਨੂੰ ਜੌਬ ਮਿਲੀ ਤੇ ਮੇਰੀ ਪਹਿਲੀ ਤਨਖਾਹ ਜੋ ਮੈਂ ਆਪਣੀ ਮੰਮੀ ਨੂੰ ਵਾਲੀਆਂ ਬਣਾ ਕੇ ਦਿੱਤੀ ਅਸੀਂ ਸੋਨੇ ਦੀਆਂ ਉਹ ਰੀਜ ਪੂਰੀ ਕੀਤੀ ਜਿਹੜੀਆਂ ਨਕਲੀ ਵਾਲੀਆਂ ਪਾ ਕੇ ਇੱਕ ਸਮਾਂ ਸਾਰਿਆ ਸੀ ਜਿਹੜਾ ਉਸ ਸਮੇਂ ਨੂੰ ਲੰਘਾਇਆ ਸੀ ਪਰ ਉਹ ਸਮਾਂ ਅਸਲੀ ਹਾਂਜੀ ਮੈਂ ਉਹ ਮਤਲਬ ਸਰਪ੍ਰਾਈਜ਼ ਦਿੱਤਾ ਸੀ ਆਪਣੀ ਮੰਮੀ ਨੂੰ ਤੇ ਮੇਰੇ ਲਈ ਬੜੀ ਪ੍ਰਾਊਡ ਦੀ ਮੂਮੈਂਟ ਸੀਗੀ ਉਹ ਕਿ ਮਤਲਬ ਮੈਂ ਇੰਨੇ ਯੋਗੀ ਹੋ ਸਕੀ ਕਿ ਮੈਂ ਆਪਣੀ ਮੰਮੀ ਦੀਆਂ ਜਿਹੜੇ ਕੰਨ ਆ ਉਹ ਅੱਜ ਸੋਨੇ ਨਾਲ ਭਰੇ ਮੇਰੇ ਲਈ ਬੜੀ ਪ੍ਰਾਊਡ ਦੀ ਮੂਮੈਂਟ ਸੀ ਯਾਰ ਇਨਸਾਨ ਦੇ ਮੈਂ ਜਿੰਨਾਂ ਤੋਂ ਤੁਹਾਡੇ ਬਾਰੇ ਸੁਣਿਆ ਕਹਿੰਦੇ ਉਹ ਜ਼ਿੰਦਾਦਿਲ ਇਨਸਾਨ ਨੇ ਬਹੁਤ ਖੁਸ਼ ਰਹਿਣ ਵਾਲੇ ਨੇ ਪਰ ਕਿਤੇ ਨਾ ਕਿਤੇ ਇਨਸਾਨ ਦੇ ਵਿੱਚ ਇਮੋਸ਼ਨਸ ਚਾਹੇ ਉਹ ਪੰਜਾਬ ਪੁਲਿਸ ਐ ਫਿਰ ਚਾਹੇ ਫਿਰ ਆਰਮੀ ਦੇ ਵਿੱਚ ਚਾਹੇ ਫਿਰ ਉਹ ਇੱਕ ਇੱਕ ਸਧਾਰਨ ਇਨਸਾਨ ਪਰ ਮਜ਼ਦੂਰ ਐ ਇਮੋਸ਼ਨਸ ਹਰ ਬੰਦੇ ਦੇ ਵਿੱਚ ਹੁੰਦੇ ਨੇ ਪਰ ਜਦੋਂ ਮਿਹਨਤ ਕੀਤੀ ਹੁੰਦੀ ਐ ਫਿਰ ਉਹ ਦਿਨ ਤਾਂ ਯਾਦ ਆਉਂਦੇ ਹੀ ਨੇ ਹਾਂ ਮਾਂ ਦੇ ਲਈ ਮਾਂ ਨੇ ਬਹੁਤ ਮਿਹਨਤ ਕੀਤੀ ਪਿਤਾ ਨੇ ਬਹੁਤ ਮਿਹਨਤ ਕੀਤੀ ਭੈਣ ਭਰਾਵਾਂ ਨੇ ਸਾਥ ਦਿੱਤਾ ਹੋਰ ਵੀ ਸੀਗਾ ਜ਼ਿੰਦਗੀ ਦੇ ਵਿੱਚ ਜਿਨੇ ਵਾਕਈ ਬਾਹ ਫੜੀ ਉਸ ਸਮੇਂ ਜਿੰਨੇ ਵਾਕਿਆ ਕਿਹਾ ਵੀ ਨਹੀਂ ਤੂੰ ਅੱਗੇ ਵਧ ਆਪਾਂ ਨਾਲ ਬਿਲਕੁਲ ਨਹੀਂ ਜੀ ਜਿਹੜੀ ਸੱਚ ਗੱਲ ਹੈ ਮੇਰੇ ਮਾਮਾ ਜੀ ਦੇ ਮੈਡਲ ਦੇਖ ਕੇ ਮੈਂ ਮਾਮਾ ਜੀ ਵੱਲ ਦੇਖ ਕੇ ਇੱਥੇ ਅੱਗੇ ਵਧੀਆਂ ਜਿਹੜਾ ਮੇਰੇ ਲਾਈਫ ਦਾ ਜਿਹੜਾ ਮੇਨ ਮੇਰੀ ਇਨਸਪੀਰੇਸ਼ਨ ਆ ਮੇਰੀ ਗੁਰੂ ਆ ਉਹ ਮੇਰੀ ਮਾਂ ਆ ਜਿਹੜੀ ਮਾਂ ਨੇ ਮੈਨੂੰ ਬਸ ਇੱਕ ਚੀਜ਼ ਕਹੀ ਸੀ ਕਿ ਪੁੱਤ ਜਿੱਦਾਂ ਮੈਂ ਮਿਹਨਤ ਕਰਦੀ ਆ ਨਾ ਮੈਂ ਨਹੀਂ ਚਾਹੁੰਦੀ ਤੂੰ ਇਦਾਂ ਮਿਹਨਤ ਕਰੇ ਤੂੰ ਅਫਸਰ ਬਣ ਕੇ ਦਿਖਾਣਾ ਆ ਤੂੰ ਕੁਝ ਬਣ ਕੇ ਦਿਖਾਣਾ ਆ ਤੂੰ ਆਪਣੇ ਪੈਰਾਂ ਤੇ ਖੜੀ ਹੋ ਜਾ ਮੈਂ ਤੈਨੂੰ ਇਦਾਂ ਨਹੀਂ ਦੇਖਣਾ ਚਾਹੁੰਦੀ ਲਾਈਫ ਦੇ ਵਿੱਚ ਮੈਨੂੰ ਅੱਜ ਵੀ ਯਾਦ ਆ ਮੇਰੀ ਮੰਮੀ ਨੇ ਮੇਰੇ ਜਿਹੜੇ ਭਰਾ ਆ ਨਾ ਉਹਨਾਂ ਨੂੰ ਨਹੀਂ ਪੜਾ ਸਕੀ ਕਿ ਮੈਨੂੰ ਪੜਾਣਾ ਆ ਕਿਵੇਂ ਕਰਾਈ ਪੜਾਈ ਕਿਵੇਂ ਫੀਸਾਂ ਬਹੁਤ ਹੁੰਦੀਆਂ ਨੇ ਕਿਵੇਂ ਦਿੱਤੀਆਂ ਕਿਵੇਂ ਚਲਾਇਆ ਸਾਰਾ ਕੁਝ ਕਿਉਂਕਿ ਪੈਸੇ ਨਹੀਂ ਹੁੰਦੇ ਸੀਗੇ ਤੇ ਭਰਾਵਾਂ ਦੀਆਂ ਫੀਸਾਂ ਨਹੀਂ ਦੇਈ ਹੋਈਆਂ ਮੇਰੇ ਲਈ ਫੁੱਟਬਾਲ ਸਿਖੇ ਮੇਰੇ ਲਈ ਉਹਨਾਂ ਨੇ ਮਿਹਨਤ ਕੀਤੀ ਕਿ ਮੈਂ ਆਪਣੀ ਕੁੜੀ ਨੂੰ ਜ਼ਰੂਰ ਪੜਾਣਾ ਆ ਮੁੰਡੇ ਨਾ ਵੀ ਪੜਾ ਹੋਏ ਤਾਂ ਕੋਈ ਗੱਲ ਨਹੀਂ ਕੁੜੀ ਜ਼ਰੂਰ ਪੜਾਣੀ ਆ ਮੈਂ ਤੇ ਜਦੋਂ ਮੈਂ 10ਵੀਂ ਕੀਤੀ ਆ ਉਸ ਤੋਂ ਬਾਅਦ ਮੈਂ ਪਲੱਸ 1 ਕਰਨੀ ਸੀ ਮੈਂ ਆਪਣੀ ਮੰਮੀ ਨੂੰ ਕਿਹਾ ਮੈਂ ਕਿ ਮੰਮੀ ਮੈਂ ਕਾਲਜ ਜਾਣਾ ਚਾਹੁੰਨੀ ਆ ਤੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀਗੇ 2000 ਰੁਪਿਆ ਚਾਹੀਦਾ ਸੀਗਾ ਐਡਮਿਸ਼ਨ ਲਈ ਕਿਉਂਕਿ ਮੇਰੇ ਕੋਲ ਸਪੋਰਟਸ ਦੇ ਸਰਟੀਫਿਕੇਟ ਸੀਗੇ ਚਾਹੀਦਾ ਤਾਂ 4000 ਰੁਪਿਆ ਸੀ ਪਰ ਕੋਨਸੈਸ਼ਨ ਹੋ ਗਿਆ 2000 ਰੁਪਿਆ ਦਾ ਕਿਉਂਕਿ ਸਪੋਰਟਸ ਦੇ ਕਰਕੇ ਤੇ ਮੇਰੀ ਮੰਮੀ ਮੈਨੂੰ ਅੱਜ ਵੀ ਯਾਦ ਆ ਇੱਕ ਸਾਡੇ ਗੁਆਂਢ 'ਚ ਸੀਗੇ ਇੱਕ ਭਾਜੀ ਤੇ ਭਾਬੀ ਜੀ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੂੰ ਕਹਿੰਦੇ ਮੈਂ ਨਾਲ ਸੀ ਮੈਨੂੰ ਬੜਾ ਫੀਲ ਹੋਇਆ ਬਈ ਮੇਰੀ ਮੰਮੀ ਨੇ ਵੀ ਕਿਹਾ ਉਹਨਾਂ ਨੂੰ ਕਿ 2000 ਰੁਪਏ ਸਾਨੂੰ ਚਾਹੀਦਾ ਆ ਕਿ ਮੇਰੀ ਬੇਟੀ ਜਿਹੜੀ ਉਹ ਪੜ੍ਹਨਾ ਚਾਹੁੰਦੀ ਆ ਮੈਂ ਫੁੱਟਬਾਲ ਸਿਖੇ ਮੈਂ ਤੁਹਾਡੇ ਪੈਸੇ ਦੇ ਦੇਣੇ ਆ ਤੇ ਮੈਨੂੰ ਬੜਾ ਫੀਲ ਹੋਇਆ ਉਸ ਦਿਨ ਕਿ ਅੱਜ ਪੈਸੇ ਮੰਗੇ ਆ ਅੱਜ ਤੋਂ ਬਾਅਦ ਜ਼ਿੰਦਗੀ ਚ ਕਦੀ ਪੈਸਾ ਨਹੀਂ ਮੰਗਣ ਦੇਣਾ ਮਾਂ ਨੂੰ ਤੇ ਉਹ 2000 ਦਾ ਮੈਂ ਕਿੰਨੇ ਮਤਲਬ ਉਹ ਜਿਹੜਾ एहसान ਆ ਉਹ ਮੈਂ ਕਦੀ ਨਹੀਂ ਭੁੱਲ ਸਕਦੀ ਨਾ ਮਾਂ ਦਾ ਤੇ ਨਾ ਉਹਨਾਂ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਉਹ 2000 ਰੁਪਏ ਅੱਜ ਮੋੜੇ ਨਈ ਮੈਂ ਇਦਾਂ ਤਾਂ ਨਹੀਂ ਕਹੂੰਗੀ ਉਹ ਮੰਮੀ ਨੇ ਮੋੜੇ ਸੀਗੇ ਫੁੱਟਬਾਲ ਸਿੱਖੇ ਹਾਂਜੀ ਤੇ ਉਹ ਮੰਮੀ ਨੇ ਹੀ ਮੋੜੇ ਸੀਗੇ ਫੁੱਟਬਾਲ ਸਿੱਖੇ ਹਾਂਜੀ ਅੱਜ ਕਿਵੇਂ ਦੇਖਦੇ ਹੋ ਅੱਜ ਦਿਨ ਵੀ ਬਦਲੇ ਨੇ ਮਿਹਨਤ ਦਾ ਫਲ ਵੀ ਮਿਲਿਆ ਟੀਚਾ ਬੰਦੇ ਨੇ ਜ਼ਿੰਦਗੀ ਦਾ ਮਿੱਠਿਆਂ ਦਾ ਉਸ ਟੀਚੇ ਤੱਕ ਪਹੁੰਚੇ ਹੋ ਮਹਿਸੂਸ ਕਰਦੇ ਹੋ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਚੰਗਾ ਫੀਲ ਹੁੰਦਾ ਆ ਇੱਕ ਦਿਨ ਉਹ ਸੀਗਾ ਜਦੋਂ ਤੁਰ ਕੇ ਜਾਂਦੀ ਸੀ ਇੱਕ ਦਿਨ ਅੱਜ ਆ ਵੀ ਮਿਹਨਤ ਨਾਲ ਆਪਣੀ ਗੱਡੀ ਲਈ ਆ ਔਰ ਜਿਸ ਦਿਨ ਗੱਡੀ ਲਈ ਮੇਰੇ ਮਾਂ ਬਾਪ ਇੰਨੇ ਜਿਆਦਾ ਖੁਸ਼ ਸੀਗੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਤੇ ਉਹਨਾਂ ਨੂੰ ਦੇਖ ਕੇ ਮੈਂ ਜੀਂਦੀ ਆ ਮੈਨੂੰ ਇਦਾਂ ਲੱਗਦਾ ਮੈਂ ਜਦੋਂ ਕੋਈ ਉਹਨਾਂ ਨੂੰ ਖੁਸ਼ੀ ਦਿੰਨੀ ਆ ਚਾਹੇ ਉਹ ਕੋਈ ਮੈਡਲ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਦਿੰਨੀ ਆ ਤੇ ਮੈਨੂੰ ਇਦਾਂ ਲੱਗਦਾ ਉਹਨਾਂ ਦੀ ਉਮਰ ਵੱਧ ਗਈ ਉਹਨਾਂ ਨੂੰ ਦੇਖ ਕੇ ਮੈਂ ਖੁਸ਼ ਹੁੰਨੀ ਆ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਮਾਪਿਆਂ ਦਾ ਜਿਹੜਾ ਆ ਉਹ ਨਾਮ ਰੌਸ਼ਨ ਕੀਤਾ ਮੇਰੀ ਮਾਂ ਦਾ ਜੋ ਸੁਪਨਾ ਸੀ ਪਾਪਾ ਦਾ ਜੋ ਸੁਪਨਾ ਸੀ ਕਿ ਲਾਈਫ ਦੇ ਵਿੱਚ ਬੇਟੀ ਨੂੰ ਕੁਝ ਬਣਾਉਣਾ ਆ ਉਹਨਾਂ ਦੀ ਮਿਹਨਤ ਨਾਲ ਉਹਨਾਂ ਦੇ ਆਸ਼ੀਰਵਾਦ ਨਾਲ ਤੇ ਮੈਂ ਜਿਹੜੀ ਇਨੀ ਮਿਹਨਤ ਕੀਤੀ ਉਹਦੇ ਨਾਲ ਆ ਜਿੱਥੇ ਪਹੁੰਚੀ ਇਸ ਮੁਕਾਮ ਤੇ ਪਰ ਆਪਣੇ ਪੁਰਾਣੇ ਦਿਲ ਨਹੀਂ ਭੁੱਲੀ ਕਦੀ ਵੀ ਨਹੀਂ ਨਾ ਲੋਕ ਜਦੋਂ ਜਦੋਂ ਸ਼ੁਰੂਆਤ ਕਰਦੇ ਨਾ ਬੰਦੇ ਟੀਚਰਾਂ ਵਾਲੇ ਵੀ ਹੁੰਦੇ ਆ ਤੁਹਾਡੇ ਫਾਦਰ ਨੂੰ ਵੀ ਕਹਿੰਦੇ ਹੋਣਗੇ ਮਾਤਰ ਨੂੰ ਵੀ ਕਹਿੰਦੇ ਨੇ ਕਿ ਕੁੜੀ ਕਿਹੜੇ ਚ ਕਮੀ ਪਾਈ ਆ ਮੁੰਡਿਆਂ ਨਾਲ ਦੌੜੀ ਜਾਂਦੀ ਆ ਜਾਂ ਭਾਰ ਚੁੱਕੀ ਜਾਂਦੀ ਆ ਕੋਈ ਸਾਡ ਪੈਟ ਲਵਾ ਲੂਗੀ ਹੈ ਨਾ ਤਾਂ ਉਦੋਂ ਉਦੋਂ ਦਾ ਮਾਹੌਲ ਵੀ ਸੀਗਾ ਔਰ ਅੱਜੋ ਲੋਕ ਮਿਲਦੇ ਨੇ ਅੱਜ ਅੱਜ ਕਿਸ ਤਰੀਕੇ ਦਾ ਨਜ਼ਰੀਆ ਮੈਂ ਤੁਹਾਨੂੰ ਸੱਚ ਗੱਲ ਦੱਸਾਂ ਜੇ ਕੋਈ ਬੱਚਾ ਕਾਮਯਾਬ ਹੁੰਦਾ ਨਾ ਉਹਦੇ ਪਿੱਛੇ ਉਹਦੀ ਫੈਮਲੀ ਆ ਇਹ ਮੇਰੇ ਮਾਂ-ਬਾਪ ਮੇਰੇ ਭਰਾਵਾਂ ਨੇ ਮੇਰਾ ਇੰਨਾ ਸਾਥ ਦਿੱਤਾ ਮੈਂ ਤੁਹਾਨੂੰ ਸੱਚ ਦੱਸਾਂ ਮੈਨੂੰ ਤੇ ਪਤਾ ਹੀ ਨਹੀਂ ਕਿ ਮੇਰੇ ਬਾਰੇ ਕਿਸੇ ਨੇ ਕੁਝ ਬੋਲਿਆ ਹੋਊਗਾ ਜਾਂ ਮੇਰੇ ਮਾਂ-ਬਾਪ ਨੂੰ ਬੋਲਿਆ ਹੋਊਗਾ ਕਿਉਂਕਿ ਉਹਨਾਂ ਨੇ ਮੈਨੂੰ ਕਦੀ ਨਹੀਂ ਦੱਸਿਆ ਹੋ ਸਕਦਾ ਬੋਲਿਆ ਹੋਵੇ ਬਿਲਕੁਲ ਸਹੀ ਗੱਲ ਆ ਤੁਹਾਡੀ ਪਰ ਉਹਨਾਂ ਨੇ ਮੈਨੂੰ ਕਦੀ ਨਹੀਂ ਕੁਝ ਦੱਸਿਆ ਉਹਨਾਂ ਨੇ ਮੈਨੂੰ ਹੌਸਲਾ ਹੀ ਦਿੱਤਾ ਬੇਟਾ ਇੱਜ਼ਤ ਨਾਲ ਇੱਜ਼ਤ ਨਾਲ ਨਾਮ ਕਮਾ ਕੇ ਆਉਣਾ ਆ ਜਦੋਂ ਵੀ ਮੈਂ ਜਾਂਦੀ ਸੀ ਬੇਟਾ ਯਾਦ ਰੱਖਣਾ ਤੇ ਮੈਂ ਤੁਹਾਨੂੰ ਅੱਜ ਸੱਚ ਗੱਲ ਦੱਸਾਂ ਅੱਜ ਮੇਰੇ ਖੋਰ ਗੱਲ ਯਾਦ ਆ ਗਈ ਜਦੋਂ ਜਦੋਂ ਵੀ ਮੈਂ ਬਾਹਰ ਜਾਂਦੀ ਸੀ ਜਦੋਂ ਵੀ ਮੈਂ ਵੇਟ ਨੂੰ ਹੱਥ ਪਾਉਂਦੀ ਸੀ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਕਹਿੰਦੇ ਹੁੰਦੇ ਆਪਣੇ ਰੱਬ ਨੂੰ ਯਾਦ ਕਰਨਾ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਂ ਬਾਪ ਨੂੰ ਯਾਦ ਕਰਦੀ ਸੀ ਤੇ ਮੈਂ ਕਦੀ ਜਿੰਦਗੀ 'ਚ ਕਦੀ ਕੋਈ ਗਲਤ ਕੰਮ ਕੀਤਾ ਹੀ ਨਹੀਂ ਹਮੇਸ਼ਾ ਚੰਗੇ ਹੀ ਕੰਮ ਕੀਤੇ ਆ ਕਦੀ ਗਲਤ ਕੰਮ ਹੁੰਦਾ ਹੀ ਨਹੀਂ ਜਿਹੜਾ ਇਨਸਾਨ ਆਪਣੇ ਮਾਂ ਬਾਪ ਨੂੰ ਯਾਦ ਰੱਖਦਾ ਨਾ ਉਹ ਹਮੇਸ਼ਾ ਚੰਗੇ ਵਾਲੀ ਜਾਂਦਾ ਤੇ ਮੰਮੀ ਨਾਲ ਜਿਹੜਾ ਕੀਤਾ ਹੋਇਆ ਵਾਅਦਾ ਕਿ ਇੱਜ਼ਤ ਨਾਲ ਜਿਹੜੀ ਆ ਉਹ ਇੱਜ਼ਤ ਨਾਲ ਦੂ ਕਮਾਉਣਾ ਹੈ ਨਾਮ ਤੇ ਉਹ ਇੱਜ਼ਤ ਨਾਲ ਹੀ ਅੱਜ ਤੱਕ ਜਿਹੜੇ ਉਹ ਮੈਡਲ ਲੈ ਕੇ ਆਈਆਂ। ਇੱਕ ਸਵਾਲ ਮੇਰੇ ਹੋਰ ਮਨ 'ਚ ਆ ਗਿਆ ਜਿਸ ਤਰੀਕੇ ਤੇ ਦਿਨ ਦੇਖੇ। ਹਾਂਜੀ। ਤੁਸੀਂ ਦੱਸਿਆ ਆਰਥਿਕ ਪੱਖੋਂ ਕੀ ਹਾਲਾਤ ਸੀਗੇ? ਆਪ ਜਾਂ ਜਾਂਦੀ ਸੈਰ ਕੀਤੀ, ਵੱਖ-ਵੱਖ ਮੁਲਕਾਂ 'ਚ ਗਏ, ਦੇਸ਼ ਨੂੰ ਰਿਪਰੈਜ਼ੈਂਟ ਕੀਤਾ। ਕਹਿੰਦੇ ਮਾਪੇ ਦਾ ਸੁਪਨਾ ਸੀਗਾ ਉਹ ਵੀ ਜਾਣ ਜਾਂ ਉਹ ਸੁਪਨਾ ਪੂਰਾ ਕੀਤਾ ਜਾਂ ਦਿਲ ਦੇ ਵਿੱਚ ਹੈ ਕਰਨਾ ਇਹਦਾ? ਅ ਦਿਲ ਦੇ ਵਿੱਚ ਹੈ ਅਜੇ ਵੀ ਪਰ ਸੱਚ ਦੱਸਾਂ ਇਹ ਦੇਖਣ ਨੂੰ ਤੁਹਾਨੂੰ ਲੱਗਦਾ ਆ ਵੀ ਸਟਾਰ ਆ ਮੋਢੇ ਤੇ ਪਰ ਅਜੇ ਵੀ ਸਟਰਗਲ ਚੱਲ ਰਹੀ ਆ ਕਿਤੇ ਨਾ ਕਿਤੇ ਕਿਉਂਕਿ ਮੇਰੀ ਮੰਮੀ ਜਿਹੜੀ ਉਹ ਬਿਮਾਰ ਰਹਿੰਦੇ ਆ ਤੇ ਉਹਨਾਂ ਦੀਆਂ ਦਵਾਈਆਂ ਤੇ ਸਾਰਾ ਕੁਝ ਉਹ ਮੈਂ ਹੀ ਦੇਖਦੀ ਆ ਤੇ ਮੇਰਾ ਬਹੁਤ ਜ਼ਿਆਦਾ ਸੁਪਨਾ ਆ ਮੈਂ ਆਪਣੇ ਮਾਪੇ ਨੂੰ ਇੱਕ ਵਾਰ ਜਹਾਜ਼ ਦੇ ਵਿੱਚ ਜ਼ਰੂਰ ਘੁਮਾਵਾ ਪਰ ਹਜੇ ਉਹ ਸੁਪਨਾ ਪੂਰਾ ਨਹੀਂ ਕਰ ਸਕੀ ਪਰ ਕਰੂੰਗੀ ਜ਼ਰੂਰ ਇਹ ਮੇਰਾ ਸੁਪਨਾ ਆ ਔਰ ਮੈਂ ਕਰੂੰਗੀ ਜ਼ਰੂਰ ਪੜਾਣਾਂ ਦੇ ਲਈ ਕੋਈ ਖਾਸ ਤੌਰ ਦੇ ਉੱਤੇ ਭਰਾਵਾਂ ਦੇ ਲਈ ਕੋਈ ਮੈਸੇਜ ਆ ਮੈਂ ਖਾਸ ਤੌਰ ਤੇ ਇਸ ਗੱਲ ਤੇ ਵਿੱਚ ਰਹੇ ਨੇ ਵੀ ਵਾਕਿਆ ਪਿੰਡ ਦੇ ਨੇ ਯਾਰ ਕਿੱਥੇ ਅਮਰੀਕਾ ਜਾ ਕੇ ਖੇਡਣ ਜਾਣਗੇ ਕਿੱਥੇ ਕਾਮਨ ਵੈਲਟ ਕਿੱਥੇ 올림픽ਸ ਇਹ ਸੁਪਨਾ ਦੇਖ ਸਕਦੇ ਨੇ ਬਿਲਕੁਲ ਦੇਖ ਸਕਦੇ ਨੇ ਜੀ ਮੈਂ ਦੇਖ ਸਕਦੀ ਆ ਜੇ ਮੈਂ ਉੱਥੇ ਤੱਕ ਪਹੁੰਚੀ ਆ ਤੇ ਤੁਸੀਂ ਕਿਉਂ ਨਹੀਂ ਮੈਂ ਸਾਰੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਮੈਂ ਹਮੇਸ਼ਾ ਇੱਕ ਚੀਜ਼ ਬੋਲਦੀ ਆ एवरीथिंग ਇਜ਼ ਪੋਸੀਬਲ ਇਨ ਦਿਸ ਵਰਲਡ ਖਾਸ ਕਰਕੇ ਲੜਕੀਆਂ ਲਈ ਲੜਕੀਆਂ ਕੁਝ ਵੀ ਕਰ ਸਕਦੀਆਂ ਅੱਜ ਦੇ ਟਾਈਮ ਤੇ ਚੰਦਰਮਾ ਤੱਕ ਪਹੁੰਚ ਗਈਆਂ 올림픽ਸ ਦੇ ਵਿੱਚ ਪਹਿਲਾ ਮੈਡਲ ਦੇਣ ਵਾਲੀ ਮੀਰਾ ਬਾਈ ਚਾਨੂ ਵੀ ਲੜਕੀ ਆ ਤੇ ਮੈਂ ਉਹਦੇ ਨਾਲ ਉਹਦੀ ਰੂਮ ਮੇਟ ਰਹੀ ਆ ਮੀਰਾ ਬਾਈ ਚਾਨੂ ਦੀ ਤੇ ਕਾਮਨਵੈਲਥ ਗੇਮਸ ਤੱਕ ਵਰਲਡ ਤੱਕ ਮੈਂ ਪਹੁੰਚੀ ਆ ਔਰ ਇੱਕ ਗੇਮ ਇਹੋ ਜਿਹਾ ਜ਼ਰੀਆ ਆ ਜਿਹਦੇ ਵਿੱਚ ਤੁਹਾਨੂੰ ਜੌਬ ਜਲਦੀ ਮਿਲ ਸਕਦੀ ਹੈ ਤੇ ਤੁਸੀਂ ਕੰਟਰੀ ਹਰ ਇੱਕ ਕੰਟਰੀ ਦੇ ਵਿੱਚ ਜਾ ਸਕਦੇ ਆ ਫ੍ਰੀ ਆਫ ਕਾਸਟ ਠੀਕ ਹੈ ਮੈਮ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਪੰਜਾਬ ਪੁਲਿਸ ਦਾ ਸਮਾਂ ਬਹੁਤ ਕੀਮਤੀ ਹੈ ਦੁਨੀਆ ਦੀ ਸੁਰੱਖਿਆ ਦਾ ਜ਼ਿੰਮਾ ਵੀ ਤੁਹਾਡੇ ਉੱਤੇ ਹੈ ਚੰਗੇ ਮੈਸੇਜ ਦੇਣ ਦੇ ਉੱਤੇ ਵੀ ਸੁਣਿਆ ਤੁਹਾਡਾ ਔਰ ਦੇਸ਼ ਦੀ ਜ਼ਿੰਮੇਵਾਰੀ ਤੁਹਾਡੇ ਉੱਤੇ ਹੈ ਕਿ ਮੈਡਲ ਹੋਰ ਲੈ ਕੇ ਉਹਨਾਂ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਤਾਂ ਇਹ ਸੀਗੇ ਮੀਨਾ ਪਵਾਰ ਜੀ ਸਬ ਇੰਸਪੈਕਟਰ ਪੰਜਾਬ ਤੇ ਔਰ ਦੇਸ਼ ਦਾ ਮਾਨ ਔਰ ਉਹ ਪੰਜਾਬ ਦੀ ਧੀ ਜਿਸ ਨੇ ਕੱਚੇ ਘਰ ਤੋਂ ਲੈ ਕੇ ਨਾ ਸਿਰਫ ਬੁਗਾਨੀ ਧਰਤੀ ਤੇ ਜਾ ਕੇ ਦੇਸ਼ ਦਾ ਤਿਰੰਗਾ ਫੈਰਾ ਬਲਕਿ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਵੀ ਲਿਆਂਦੇ ਜਿੱਤ ਦੇ ਨਿਸ਼ਾਨ ਛੰਡੇ ਦੇ ਨਾਲ ਗੱਡੇ ਨੇ ਬਗਾਨੀ ਧਰਤੀ ਦੇ ਉੱਤੇ ਆਸ ਤੇ ਉਮੀਦ ਹੀ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇੰਟਰਵਿਊ ਚੰਗਾ ਲੱਗਾ ਹੋਵੇਗਾ ਕੋਈ رائے ਤੇ ਸੁਝਾਅ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਫਿਲਹਾਲ ਦੇਖਦੇ ਰਹੋ ਹਮ ਤਰਸ ਟੀਮ